ਕੋਈ ਨਹੀਂ ਤੂੰ ਇੱਥੇ ਆ ਕੇ ਦਿਖਾਈ ਐ ਮੈਂ ਨਾਮ ਨਹੀਂ ਉਹਨਾਂ ਦਾ ਲੈਣਾ ਮੈਨੂੰ ਬਹੁਤ ਝੰਕੀਆਂ ਆਉਂਦੀਆਂ ਜੀ ਵੀ ਤੂੰ ਐਡਾ ਕਿ ਐਡਾ ਕਿ ਬਸ ਪੁੱਛਣਾ ਵੀ ਟੱਕਾ ਬਹੁਤ ਮਜ਼ਾਕੋਸ ਹੋਰ ਜੀ ਮੈਂ ਤਾਂ ਹੀ ਕੂੰਗਾ ਵੀ ਸੈਟਿੰਗਾਂ ਨਾ ਪਾਉਣ ਸਾਰੇ ਅੱਜਕੱਲ ਸੈਟਿੰਗਾਂ ਪਾ ਕੇ ਘੇੜਦੇ ਨੇ ਵੀ ਤੂੰ ਨਾਲ ਲੁਧਿਆਣਾ ਬਹੁਤ ਜ਼ਿਆਦਾ ਖਰਚੇ ਦੀ ਮੰਗ ਕਰਦਾ ਹਾਂ ਜੀ ਭਾਜੀ ਆਪਾਂ ਲਈ ਦੇ ਪੈਸੇ ਆਪਾਂ ਕਹਿੰਨੇ ਲਈ ਦੇ ਆ ਸਤ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਾ ਹੀਰਾ ਰਾਜਾ ਹੀਰਾ ਦੇ ਚੈਨਲ ਦੇ ਜ਼ਰੀਏ ਦੇਖ ਰਹੇ ਸਾਰੇ ਹੀ तमाम ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਵੀ ਪਿਛਲੀ ਵੀਡੀਓਜ਼ ਦੇ ਵਿੱਚ ਅਸੀਂ ਬਹੁਤ ਸਾਰੇ ਪਲੇਅਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਸੋ ਬਹੁਤ ਸਾਰੇ ਤੁਸੀਂ ਕਮੈਂਟ ਦਿੱਤੇ ਉਹਨਾਂ ਖਿਡਾਰੀਆਂ ਦੇ ਲਈ ਉਹਨਾਂ ਨੂੰ ਬਹੁਤ ਸਾਰੀ ਹੱਲਾਸ਼ੇਰੀ ਤੁਸੀਂ ਦਿੱਤੀ ਹੈ ਸੋ ਜਿਸ ਤਰ੍ਹਾਂ ਮੈਂ ਸਾਰੇ ਹੀ ਪੰਜਾਬੀਆਂ ਦਾ ਸਾਰੇ ਹੀ तमाम ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨੇ ਵੀ ਦਰਸ਼ਕ ਇਸ ਚੈਨਲ ਦੇ ਜ਼ਰੀਏ ਜੁੜੇ ਹੈ ਸੋ ਅੱਜ ਅਸੀਂ ਦੋਸਤੋ ਗੱਲਬਾਤ ਉਸ ਖਿਡਾਰੀ ਦੇ ਨਾਲ ਕਰਵਾਵਾਂਗੇ ਜਿਸ ਖਿਡਾਰੀ ਨੇ ਬਹੁਤ ਘੱਟ ਸਮੇਂ ਦੇ ਵਿੱਚ ਕਾਸਕੋ ਦੀ ਦੁਨੀਆ ਦੇ ਵਿੱਚ ਨਾਮ ਬਣਾ ਲਿਆ ਸੋ ਉਸ ਪਲੇਅਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਅਕਸਰ ਗਰਾਊਂਡਾਂ ਦੇ ਵਿੱਚ ਖੇਡਦਾ ਬਹੁਤ ਸਾਰੇ ਕਲੱਬਾਂ ਦੇ ਵਿੱਚ ਖੇਡਦਾ ਨਜ਼ਰ ਆਉਂਦਾ ਹੈ ਬਹੁਤ ਸਾਰੀ ਚਰਚਾ ਹੁੰਦੀ ਹੈ ਉਸ ਖਿਡਾਰੀ ਦੀ ਔਰ ਅਸੀਂ ਉਸ ਖਿਡਾਰੀ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਜੀਨੇ ਬਹੁਤ ਘੱਟ ਸਮੇਂ ਦੇ ਵਿੱਚ ਕਾਸਕੋ ਦੀ ਦੁਨੀਆ ਦੇ ਵਿੱਚ ਨਾਮ ਬਣਾ ਲਿਆ ਅੱਜ ਉਹਨਾਂ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜਿਆ ਹੋਇਆ ਹੈ ਸੋ ਅਸੀਂ ਗੱਲਬਾਤ ਕਰਵਾਵਾਂਗੇ ਤੁਹਾਡੀ ਉਸ ਖਿਡਾਰੀ ਦੇ ਨਾਲ ਉਸ ਖਿਡਾਰੀ ਦਾ ਨਾਮ ਹੈ ਜੀ ਧੁੰਨਾ ਲੁਧਿਆਣਾ ਮਾਪਿਆਂ ਨੇ ਨਾਮ ਕੁਨਾਲ ਸ਼ਰਮਾ ਨੱਖਿਆ ਪਰ ਕਾਸਕੋ ਦੇ ਵਿੱਚ ਧੁੰਨੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸੋ ਅਸੀਂ ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਾਂਗੇ ਵੀ ਉਹਨਾਂ ਨੇ ਕਿੱਥੋਂ ਆਪਣੀ ক্রিকেট ਦਾ ਕੈਰੀਅਰ ਜਿਹੜਾ ਸਟਾਰਟ ਕੀਤਾ ਔਰ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਾਂਗੇ ਉਹਨਾਂ ਦੀ ਗੇਮ ਬਾਰੇ ਜਾਣਾਂਗੇ ਤੇ ਕਿਨਾਂ ਤੋਂ ਸਿੱਖਿਆ ਤੇ ਉਹਨਾਂ ਦੀਆਂ ਦਿਲ ਦੀਆਂ ਗੱਲਾਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਵਾਵਾਂਗੇ ਔਰ ਅਸੀਂ ਗੱਲਬਾਤ ਕਰਵਾਵਾਂਗੇ ਕੁਨਾਲ ਸ਼ਰਮਾ ਤੁਨ ਨਾਲ ਲੁਧਿਆਣੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸਭ ਤੋਂ ਪਹਿਲਾਂ ਸੱਸੀ ਗੁਰ ਰਾਜ ਜੀ ਭਾਈ ਜੀ ਸਵਾਗਤ ਆ ਤੁਹਾਡਾ ਰਾਜਾ ਹੀਰਾ ਦੇ ਚੈਨਲ ਦੇ ਜ਼ਰੀਏ ਤੁਸੀਂ ਜੁੜੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਜੋ ਤੁਸੀਂ ਮੇਰੇ ਖੇਡ ਦਾ ਨਜ਼ਰ ਆਉਂਦਾ ਸੋ ਤੁਨ ਜੀ ਆਪਾਂ ਬਹਿ ਕੇ ਗੱਲਬਾਤ ਕਰਦੇ ਆ ਜੋ ਵੀ ਗੱਲਬਾਤ ਕਰਨੀ ਆ ਸੋ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਏ ਬਹੁਤ ਸਾਰੇ ਮੈਨੂੰ ਫੋਨ ਵੀ ਸਪੈਸ਼ਲ ਆਇਆ ਮੈਨੂੰ ਮੈਸੇਜ ਵੀ WhatsApp ਤੇ ਵੀ ਆਇਆ ਹੈ ਵੀ ਤੁਸੀਂ ਤੁੰਨਾ ਲੁਧਿਆਣੇ ਦੀ ਇੰਟਰਵਿਊ ਨੂੰ ਲੈ ਕੇ ਆਓ ਉਹਨਾਂ ਦੀ ਇਹ ਦਿਲ ਦੀਆਂ ਗੱਲਾਂ ਸੋ ਸਾਡੇ ਨਾਲ ਸ਼ੇਅਰ ਕਰਵਾਓ ਸੋ ਅਸੀਂ ਇਸ ਚੀਜ਼ ਨੂੰ ਦੇਖਦੇ ਆ ਅੱਜ ਭਰਾ ਸਾਡਾ ਵਿਹਲਾ ਸੀਗਾ ਤੇ ਮੈਚ ਮੂਚ ਅੱਜ ਕਿਤੇ ਹੈ ਨਹੀਂ ਸੀਗੇ ਸੋ ਸਪੈਸ਼ਲੀ ਅਸੀਂ ਟਾਈਮ ਕੱਢਿਆ ਵੀਰ ਦੇ ਨਾਲ ਗੱਲਬਾਤ ਕੀਤੀ ਅਸੀਂ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਵੀਰ ਨੇ ਸਾਨੂੰ ਟਾਈਮ ਦਿੱਤਾ ਤੁੰਨਾ ਜੀ ਸਵਾਗਤ ਹੈ ਰਾਜਾ ਹੀਰਾ ਦੇ ਚੈਨਲ ਦੇ ਜ਼ਰੀਏ ਤੁਸੀਂ ਜੁੜੇ ਹੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਭਰਾ ਸਾਰੇ ਚੈਨਲਾਂ ਨਾਲ ਜੁੜੇ ਐ ਜਿਹੜੇ ਮੇਰਾ ਇੰਟਰਵਿਊ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਤੁੰਨਾ ਲੁਧਿਆਣਾ ਜੀ ਅੱਜ ਜੁੜੇ ਆ ਅਸੀਂ ਗੱਲਾਂ ਬਾਤਾਂ ਕਰਵਾਵਾਂਗੇ ਸੋ ਪਹਿਲਾਂ ਗੱਲ ਪਹਿਲਾ ਸਵਾਲ ਤੁੰਨਾ ਜੀ ਇਹ ਐ ਵੀ ਮਾਪਿਆਂ ਨੇ ਨਾਮ ਕਨਾਲ ਸ਼ਰਮਾ ਰੱਖਿਆ ਤੇ ਦੁਨੀਆ ਤੁਹਾਨੂੰ ਤੁੰਨਾ ਤੁੰਨਾ ਕਹਿੰਦੀ ਆ ਤੇ ਅਕਸਰ ਕਾਸਕੋ ਦੀਆਂ ਗਰਾਊਂਡਾਂ ਦੇ ਵਿੱਚ ਤੁੰਨਾ ਲੁਧਿਆਣੇ ਦੇ ਨਾਮ ਦੇ ਨਾਲ ਇਸ ਪਲੇਅਰ ਦੀ ਚੜ੍ਹਾਈ ਐ ਸੋ ਬਾਈ ਤੋ ਪੁੱਛੇ ਵੀ ਉਹ ਨਾਮ ਕਿੱਥੋਂ ਪਿਆ ਕੁਨਾਲ ਸ਼ਰਮਾ ਤੋਂ ਤੁੰਨਾ ਲੁਧਿਆਣਾ ਕੁਨਾਲ ਸ਼ਰਮਾ ਤੋਂ ਤੁੰਨਾ ਲੁਧਿਆਣਾ ਇਹ ਕਦੋਂ ਤੋਂ ਬਣ ਜਾਂਦਾ ਪਹਿਲੀ ਗੱਲ ਤਾਂ ਜੀ ਤੁੰਨਾ ਮੇਰਾ ਨਾਮ ਹੈ ਨਹੀਂ ਤੁੰਨਾ ਹੈਗਾ ਮੇਰੇ ਫਾਦਰ ਨੂੰ ਕਹਿੰਦੇ ਨੇ ਮਤਲਬ ਉਹਨਾਂ ਦਾ ਨਾਮ ਜਿਵੇਂ ਮੇਰੀ ਦਾਦੀ ਨੇ ਦਿੱਤਾ ਸੀ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਸੀ ਜਿਵੇਂ ਉਹਨਾਂ ਨਾਲ ਲੋਕਲ ਗਰਾਊਂਡ 'ਚ ਖੇਡਦਾ ਸੀ ਉਹ ਜਿਵੇਂ ਉਹਨ ਆਪਸ 'ਚ ਖੇਡਦੇ-ਖੇਡਦੇ ਯਾਰ ਉਹ ਤੁੰਨਾ ਤੁੰਨਾ ਕਹਿੰਦੇ ਸੀ ਸੋ ਬਾਅਦ ਵੀ ਹੌਲੀ-ਹੌਲੀ ਖੇਡਦੇ-ਖੇਡਦੇ ਬਾਅਦ ਵੀ ਤੁੰਨਾ ਤੁੰਨਾ ਹੀ ਮਤਲਬ बोलन लापे सारे जाने ता करके उदा मेरा नाम कुणाल शर्मा है जी, जी बिल्कुल शुरू तो ही तुन्ना कहते हां जी, जी शुरू तो ही जमे आपा लोकल ग्राउंड च खेड़दे होंदे सी ਸਾਡੇ ਉੱਤੇ ਘਰ ਦੇ ਗੋਲੀ ਗਰਾਉਂਡ ਆ ਉੱਥੇ ਸਾਰੇ ਤੁੰਨਾ ਤੁੰਨਾ ਹੀ ਕਹਿੰਦੇ ਸੀਗੇ ਮੈਨੂੰ ਜੀ ਬਿਲਕੁਲ ਜਿਸ ਤਰ੍ਹਾਂ ਤੁੰਨਾ ਜੀ ਕਦੋਂ ਤੋਂ ক্রিকেট ਜਿਹੜੀ ਖੇਡਣੀ ਤੁਸੀਂ ਸਟਾਰਟ ਕੀਤੀ ਸੀਗੀ ਮੈਂ ਜੀ ਜੇ ਗੱਲ ਕਰਾਂ ਮੈਂ ਆ ਕੋਸ ਕੋ ਦੀ ਤਾਂ ਮੈਂ ਆਪਣੇ ਫਰਸਟ ਇਅਰ ਚ ਸੀਗਾ ਮੈਂ ਉਦੋਂ ਸ਼ੁਰੂ ਕੀਤੀ ਸੀ ਸਕੂਲ ਟਾਈਮ ਤੱਕ ਮੈਂ ਆਪਣੇ ਵਾਲੀਬਾਲ ਖੇਡਦਾ ਰਿਹਾ ਮੇਰੀ ਸਟੇਟ ਮੈਂ ਸਟੇਟ ਲੈਵਲ ਦਾ ਵਾਲੀਬਾਲ ਦਾ ਪਲੇਅਰ ਰਹਿ ਚੁੱਕਾ ਹਾਂ ਮੇਰੇ ਉਦੋਂ ਮਤਲਬ ਮੈਚ ਸੀਗੇ ਤੇ ਉਦੋਂ ਮੈਨੂੰ ਬੁਖਾਰ ਹੋ ਗਿਆ ਫਿਰ ਮੈਂ ਵਾਲੀਬਾਲ ਗੇਮ ਛੱਡ ਦਿੱਤੀ ਫਿਰ ਮੈਂ ਕ੍ਰਿਕਟ ਦੀ ਦੁਨੀਆ ਦੇ ਵਿੱਚ ਆ ਗਿਆ ਇੱਕ ਹੋਲੀ-ਵੋਲੀ ਖੇਡ ਖੇਡ ਕੇ ਮਿਹਨਤ ਕੀਤੀ ਤਾਂ ਅੱਜ ਇਸ ਮਗਾਮ ਤੇ ਪਹੁੰਚਿਆ ਬਿਲਕੁਲ ਕਿ ਕਿਹੜੇ ਵੀਰ ਨੇ ਤੁਹਾਨੂੰ ਸੁਜੈਸਟ ਕੀਤਾ ਸੀਗਾ ਵੀ ਤੁਸੀਂ ਕ੍ਰਿਕਟ ਖੇਡੋ ਸਾਡੇ ਉੱਥੇ ਮਤਲਬ ਪੁਰਾਣੇ ਪਲੇਅਰ ਹੁੰਦੇ ਸੀਗੇ ਉਹਨਾਂ ਦਾ ਮਤਲਬ ਜਿਵੇਂ ਆਪਾਂ ਸੀਨੀਅਰ ਕਹਿ ਦੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿਉਂਕਿ ਜਦੋਂ ਮੈਂ ਖੇਡਦਾ ਹੁੰਦਾ ਸੀ ਮੇਰੀ ਹੀਟਿੰਗ 'ਚ ਬਹੁਤ ਮਤਲਬ ਜਾਣਦੇ ਉਹ ਕਹਿੰਦੇ ਵੀ ਤੂੰ ਖੇਡਿਆ ਕਰ ਕ੍ਰਿਕਟ ਹੀ ਖੇਡਿਆ ਕਰ ਫੇ ਉਹਨਾਂ ਦੀਆਂ ਗੱਲਾਂ ਬਾਤ ਮੈਂ ਫੇ ਸੋਚਿਆ ਵੀ ਹਾਂ ਮੈਂ ਵੀ ਕ੍ਰਿਕਟ ਖੇਲਣੀ ਸ਼ੁਰੂ ਕਰਤੀ ਉਹਨਾਂ ਦੇ ਕਹੇ ਤੇ ਜੀ ਜੀ ਬਿਲਕੁਲ ਬਹੁਤ ਘੱਟ ਸਮੇਂ ਦੇ ਵਿੱਚ ਇਸ ਵੀਰ ਨੇ ਨਾਮ ਬਣਾਇਆ ਸੋ ਅਸੀਂ ਪੁੱਛਾਂਗੇ ਵੀ ਜਦੋਂ ਕਨਾਲ ਸ਼ਰਮਾ ਐਂਟਰੀਆਂ ਲਗਾ ਰਿਹਾ ਸੀਗਾ ਪਿੰਡਾਂ ਦੀਆਂ ਗਰਾਊਂਡਾਂ 'ਚ ਆਪਣੇ ਘਰ ਦੇ ਗਰਾਊਂਡਾਂ ਦੇ ਵਿੱਚ ਨੇੜੇ ਤੇੜੇ ਖੇਡਦਾ ਸੀ ਸੋ ਕਿਹੜਾ ਟੂਰਨਾਮੈਂਟ ਸੀ ਜਿੱਥੇ ਤੁਸੀਂ ਖੇਡੇ ਤੁਨ ਨਾਲ ਲੁਧਿਆਣਾ ਨਾਮ ਲੋਕਾਂ ਦੀ ਜ਼ੁਬਾਨ ਤੇ ਆਇਆ ਮੈਂ ਜੀ ਪਹਿਲਾਂ ਤਾਂ ਜੀ ਸਾਡੇ ਵਰਗਿਆਂ ਨੂੰ ਜਦੋਂ ਅਸੀਂ ਖੇਡਣਾ ਸ਼ੁਰੂ ਕੀਤਾ ਟੀਮ ਹੀ ਨਹੀਂ ਮਿਲਦੀ ਹੁੰਦੀ ਸੀਗੀ ਤੇ ਮੈਂ ਉਦੋਂ ਇੱਥੇ ਖੇਡਿਆ ਸਿਮਰੇ ਵੀਰੇ ਦੇ ਪਿੰਡ ਕੱਪ ਸੀ ਕੋਹਾੜੇ ਉੱਥੇ ਮੈਂ ਪਹਿਲੀ ਵਾਰ ਹੀ ਖੇਡਿਆ ਤੇ ਉੱਥੇ ਮੈਂ ਵਧੀਆ ਰਨਰੋਨ ਮਾਰਦੇ ਨੌ ਸ਼ਿੱਕੇ ਲਗਾਤਾਰ ਮਾਰਦੇ ਸੀ ਜੀ ਉੱਥੋਂ ਫਿਰ ਜਾਣਨ ਲੱਗੇ ਮੈਨੂੰ ਜੀ ਬਿਲਕੁਲ ਉਦੋਂ ਤੋਂ ਨਾਮ ਜਿਹੜਾ ਤੁੰਣਾ ਲੁਧਿਆਣਾ ਲੋਕਾਂ ਦੀ ਜ਼ੁਬਾਨ ਤੇ ਜਿਹੜਾ ਚੜਿਆ ਜਿਸ ਤਰ੍ਹਾਂ ਤੁੰਣਾ ਲੁਧਿਆਣਾ ਜੀ ਤੁਸੀਂ ਕਹਾੜੇ ਦਾ ਕੱਪ ਖੇਡਿਆ ਉਸ ਤੋਂ ਬਾਅਦ ਹੋਰ ਕਿਹੜੇ-ਕਿਹੜੇ ਕੱਪ ਖੇਡੇ ਮੈਂ ਜੀ ਉਸ ਤੋਂ ਬਾਅਦ ਮੁੱਲਾਪੁਰ ਦਾ ਕੱਪ ਖੇਡਿਆ ਸੀ ਸ਼ਾਲੂ ਭੈਣ ਦੀ ਟੀਮ 'ਚ ਸਾਡਾ ਨੂਰਪੁਰ ਵੇਰ ਨਾਲ ਮੈਚ ਸੀ ਨੂਰਪੁਰ 'ਚ ਖੇਡਦੇ ਜੀ ਕੁੱdde ਲੁਧਿਆਣਾ ਤੇ ਸੁੱਖੀ ਕਮਾਮ ਤੇ ਮੈਂ ਸ਼ਾਲੂ ਭੈਣੀ ਸੀ ਮੇਰੇ ਨਾਲ ਅਮਨ ਘੁੰਮਣ ਸੀ ਉੱਥੇ ਬੇਰੇ ਨੇ ਅਮਨ ਕੋ ਮਨੇ ਬਾਲ ਤਗੜੀ ਬਾਤੀ ਮਾਤੇ ਰਨਰਨ ਮਾਰ ਕੇ ਅਸੀਂ ਨੂਰਪੁਰ ਵੇਟ ਹਰਾਤੇ ਉੱਥੋਂ ਮੇਰਾ ਫੇ ਵਧੀਆ ਨਾਮ ਹੋ ਗਿਆ ਸੀ ਉਹ ਕਾਫੀ ਮੈਚ ਹਾਈਲਾਈਟ ਰਿਆ ਉੱਥੋਂ ਫੇ ਲੋਕ ਮੈਨੂੰ ਜਾਣਨ ਲੱਪੇ ਜੀ ਜਿਸ ਤਰ੍ਹਾਂ ਆਲ ਓਪਨ ਦੇ ਮੁਕਾਬਲਿਆਂ ਦੀ ਗੱਲ ਕਰੀਏ ਤੋਂ ਨਾਲ ਲੁਧਿਆਣਾ ਮਾਛੂਆਣਾ ਸਾਹਿਬ ਦੇ ਗਰਾਊਂਡ ਦੇ ਵਿੱਚ ਖੇਡਿਆ ਸੀ ਤੇ ਉਸ ਕੱਪ ਬਾਰੇ ਕੁਝ ਇੱਕ ਗੱਲਾਂ ਹਾਂਜੀ ਉਸ ਕੱਪ ਦੇ ਮੈਂ ਵਧੀਆ ਰਨਰਨ ਮਾਰਤੀ ਸੀਗੇ ਵਧੀਆ ਮੱਲੇ ਪਰਫਾਰਮ ਹੋਇਆ ਮੈਂ ਬੈਸਟ ਨਿਕਲਾ ਸੀਗਾ ਉਹ ਟੂਰਨਾਮੈਂਟ ਦਾ ਤੇ ਕਿਹੜੇ ਕਲੱਬ ਨੂੰ ਤੁਸੀਂ ਉੱਥੇ ਮਤਲਬ ਕਿਹੜੇ ਕਲੱਬ ਨਾਲ ਮੈਚ ਸੀਗਾ ਕਿੰਨੀਆਂ ਬੋਲਾਂ ਕਿੰਨੇ ਰਨ ਰਹਿ ਚੁੱਕੇ ਸੀਗੇ ਜਦੋਂ ਤੁਸੀਂ ਰਨ ਕੀਤੇ ਮੈਂ ਜੀ ਉਦੋਂ ਮਤਲਬ ਆਪਣਾ ਯੂਐਸਏ ਲਵਰ ਨਾਲ ਸਾਡਾ ਮੈਚ ਸੀਗਾ ਤੇ ਉੱਥੇ ਕੋਈ 2 ਓਵਰ 30 32 ਰਨ ਰਹਿ ਗਏ ਸੀਗੇ ਤਾਂ ਮੈਂ ਉਹਨਾਂ ਦਾ ਬੋਲਰ ਸੀ ਬਿੱਲੀ ਜਮਨਾ ਨਗਰ ਉਹਨੂੰ ਮੈਂ 1 ਓਵਰ ਜੀ 24 25 ਰਨ ਮਾਰਦੇ ਸੀ ਮੈਚ ਉੱਥੇ ਹੀ ਖਤਮ ਕਰਤਾ ਸੀਗਾ ਜੀ ਉਸ ਓਵਰ ਜੀ ਉੱਥੋਂ ਕਾਫੀ ਤੁਹਾਡਾ ਨਾਮ ਆਇਆ ਉਸ ਕੱਪ ਖੇਡਣ ਤੋਂ ਬਾਅਦ ਕਿੰਨੇ ਕੁ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਵੀ ਤੁੰਨਾ ਲੁਧਿਆਣਾ ਸਾਡੀ ਟੀਮ ਦੇ ਲਈ ਖੇਡੇ ਬਹੁਤ ਫੋਨ ਆਉਂਦੇ ਆ ਜੀ ਮਤਲਬ ਪੂਰੀ ਬਾਬਾ ਜੀ ਦੀ ਕਿਰਪਾ ਵਾ ਪੂਰਾ ਮਤਲਬ ਵਧੀਆ ਮਤਲਬ ਨਾਮ ਹੋ ਗਿਆ ਹੁਣ ਲੋਕ ਬਹੁਤ ਹਰ ਬੰਦਾ ਕਹਿੰਦਾ ਵੀ ਮੈਂ ਉਹਨਾਂ ਦੀ ਟੀਮ ਲਈ ਖੇਡਾਂ ਕਾਫੀ ਲੋਕ ਬਹੁਤ ਚਾਹ ਹ ਲੱਪਿਆ ਜੀ ਜਿਸ ਤਰ੍ਹਾਂ ਬਾਈ ਨੇ ਦੱਸਿਆ ਵੀ ਮਾਛੂਆੜਾ ਸਾਹਿਬ ਤੇ ਮਾਛੂਆੜਾ ਸਾਹਿਬ ਦੇ ਕਲੱਬ ਤੇ ਜਿਹੜਾ ਟੂਰਨਾਮੈਂਟ ਹੋਇਆ ਉਸ ਰਾੜਾ ਸਾਹਿਬ ਦੇ ਕਲੱਬ ਦੇ ਲਈ ਵੀਰ ਖੇਡੇ ਆ ਤੇ ਬਹੁਤ ਹੀ ਵਧੀਆ ਪਾਰੀ ਖੇਡੀ ਜਿਸ ਪਾਰੀ ਖੇਡਣ ਤੋਂ ਬਾਅਦ ਬਹੁਤ ਨਾਮ ਉੱਪਰ ਕੇ ਅੱਗੇ ਆਇਆ ਲੋਕਾਂ ਨੇ ਫੋਨ ਕਰਨੇ ਸਟਾਰਟ ਕਰ ਦਿੱਤੇ ਵੀ ਤੂੰ ਨਾਲ ਲੁਧਿਆਣਾ ਸਾਡੀ ਟੀਮ ਦੇ ਲਈ ਖੇਡੇ ਜਿਸ ਤਰ੍ਹਾਂ ਤੁਹਾਨੂੰ ਦੀ ਆਪਾਂ ਗੱਲਬਾਤ ਕਰੀਏ ਸਟੱਡੀ ਤੁਸੀਂ ਕੀ ਕੀਤੀ ਹੋਈ ਹੈ ਮੈਂ ਜੀ ਗ੍ਰੈਜੂਏਸ਼ਨ ਕੀਤੀ ਹੋਈ ਆ ਆਰਿਆ ਕਾਲਜ ਲੁਧਿਆਣਾ ਤੋਂ ਜੀ ਬਿਲਕੁਲ ਤੇ ਫੈਮਿਲੀ ਦੀ ਜੇ ਗੱਲ ਕਰੀਏ ਫੈਮਿਲੀ ਦੇ ਵਿੱਚ ਕੌਣ-ਕੌਣ ਹੈ ਫੈਮਿਲੀ ਚ ਮਦਰ ਫਾਦਰ ਮੈਂ ਤੇ ਮੇਰੇ ਵੱਡੇ ਸਿਸਟਰ ਨੇ ओके ਤੇ ਜਿਸ ਤਰ੍ਹਾਂ ਬਾਈ ਨੇ ਦੱਸਿਆ ਆਪਣੀ ਫੈਮਲੀ ਬਾਰੇ ਤੇ ਫੈਮਲੀ ਦੇ ਵੱਲੋਂ ਕਿੰਨੀ ਕਿ ਸਪੋਰਟ ਰਹੀ ਹੈ ਵੀ ਤੁਨ ਨਾਲ ਲੁਧਿਆਣਾ ক্রিকেট ਖੇਡੇ ਜਾਂ ਵਾਲੀਬॉल ਖੇਡੇ ਉਹਨਾਂ ਦੀ ਕੀ ਮੰਨ ਦੀ ਇੱਛਾ ਹੈ ਵੀ ਕਿਹੜੀ ਫੀਲਡ ਦੇ ਵਿੱਚ ਤੁਨ ਨਾਲ ਲੁਧਿਆਣਾ ਵੀ ਕਿਹੜੀ ਫੀਲਡ ਦੇ ਵਿੱਚ ਜਿੱਦਾਂ ক্রিকেট ਹੈ ਵਾਲੀਬॉल ਹੈ ਫੁੱਟਬਾਲ ਹੈ ਉਹਨਾਂ ਦਾ ਉਹਨਾਂ ਦਾ ਕੀ ਏਮ ਹੈ ਵੀ ਤੁਨ ਨਾਲ ਲੁਧਿਆਣਾ ਕਿਹੜੀ ਕਿਹੜੀ ਗੇਮ ਦਾ ਪਲੇਅਰ ਬਣੇ ਉਹ ਬਸ ਇਹੀ ਕਹਿੰਦੇ ਵੀ ਜੋ ਵੀ ਕਰਨਾ ਆਪਣੇ ਦਿਲ ਲਾ ਕੇ ਕਰੋ ਜੇ ਤੂੰ ক্রিকেট ਖੇਡਣਾ ਦਿਲ ਨਾਲ ਖੇਡ ਪੂਰੀ سپورਟ ਆ ਜੀ ਉਹਨਾਂ ਵੱਲੋਂ ਹਮੇਸ਼ਾ ਮੈਨੂੰ ਕਦੀ ਨਹੀਂ ਰੋਕਦੇ ਨਾਲੇ ਉਹਨਾਂ ਨੂੰ ਖੁਦ ਮਾਣ ਹੁੰਦਾ ਵੀ ਮੁੰਡਾ ਇੰਨਾ ਮਤਲਬ ਵਧੀਆ ਨੂੰ ਲੋਕ ਬਹੁਤ ਚਾਹਣ ਲੱਗ ਪਏ ਆ ਵੀ ਫੋਨ ਵਾਂ ਦੇ ਖੇਡਣ ਵਾਸਤੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਜੀ ਇਸ ਗੱਲ ਤੋਂ ਜੀ ਜੀ ਜਿਵੇਂ ਇਸ ਤਰ੍ਹਾਂ ਬਾਈ ਨੇ ਦੱਸਿਆ ਵੀ ਘਰਦਿਆਂ ਵੱਲੋਂ ਵੀ ਪੂਰੀ سپورਟ ਹੈ ਤੇ ਤੁੰਨਾ ਲੁਧਿਆਣਾ ਜੀ ਇੱਕ ਕੱਪ ਆਪਾਂ ਚਿਹੜੂ ਦੇ ਕੱਪ ਦੀ ਗੱਲ ਕਰੀਏ ਤੁਸੀਂ ਉਸ ਉਸ ਕੱਪ ਦੇ ਖੇਡੇ ਪਰ ਉਦੋਂ ਤੁਹਾਡੀ ਬੈਟਿੰਗ ਨਹੀਂ ਆਉਂਦੀ ਕਿਸੇ ਕਾਰਨ ਵੀ ਕੋਈ ਪਲੇਅਰ ਅੱਗੇ ਓਪਨਰ ਜਾ ਰਿਹਾ ਤੁਹਾਡੀ ਬੈਟਿੰਗ ਨਹੀਂ ਆਈ ਉਸ ਕੱਪ ਤੇ ਤੁਸੀਂ ਮਤਲਬ ਬੈਟਿੰਗ ਤੇ ਜਾ ਨਹੀਂ ਸਕੇ ਤੇ ਉਸ ਤੋਂ ਬਾਅਦ ਤੁਸੀਂ ਬਹੁਤ ਕੱਪਾਂ ਤੇ ਤੂਫਾਨੀ ਪਾਰੀ ਖੇਡੀ ਸੋ ਚਿਹੜੂ ਦੇ ਕੱਪ ਦੀ ਜੇ ਆਪਾਂ ਗੱਲਬਾਤ ਕਰੀਏ ਉੱਥੇ ਤੁਹਾਡੀ ਬੈਟਿੰਗ ਨਹੀਂ ਆਈ ਕਿੰਨਾ ਕੁ ਮਨ ਦੇ ਵਿੱਚ ਪਛਤਾਵਾ ਸੀਗਾ ਵੀ ਮੈਂ ਯਾਰ ਜੇ ਬੈਟਿੰਗ ਤੇ ਜਾਂਦਾ ਤੇ ਰਨ ਮੈਂ ਮਾਰ ਸਕਦਾ ਸੀ ਮੈਨੂੰ ਜੀ ਉੱਥੇ ਬਹੁਤ ਪਛਤਾਵਾ ਸੀਗਾ ਮੈਨੂੰ ਗੁੱਸਾ ਵੀ ਆ ਰਿਹਾ ਸੀ ਆ ਵੀ ਮੇਰੀ ਬੈਟਿੰਗ ਕਿਉਂ ਨਹੀਂ ਆਈ ਕਿਉਂਕਿ ਉੱਥੇ ਲੈਫਟੀ ਦੀ ਸਾਈਡ ਬਹੁਤ ਹੀ ਛੋਟੀ ਸੀ ਮੈਨੂੰ ਦੇਖ ਕੇ ਵੀ ਹੋ ਰਿਹਾ ਸੀ ਵੀ ਮੈਂ ਮੈਂ ਬਹੁਤ ਚਾਹ ਰਿਹਾ ਸੀ ਵੀ ਮੇਰੀ ਬੈਟਿੰਗ ਆਵੇ ਮੇਰੀ ਬੈਟਿੰਗ ਆਵੇ ਮੇਰੀ ਬੈਟਿੰਗ ਆਈ ਨਹੀਂ ਬਾਕੀ ਉਤੋਂ ਫਿਰ ਲੋਕ ਜਦੋਂ ਤਾਨਾ ਮਾਰ ਲਾਪੇ ਤੇਰੀ ਬੈਟਿੰਗ ਤੂੰ ਗਿਆ ਉੱਦਾਂ ਉੱਦਾਂ ਲੋਕ ਬਹੁਤ ਬੋਲਦੇ ਸੀ ਫਿਰ ਇਸ ਕਰਕੇ ਮਨ 'ਚ ਗੁੱਸਾ ਸੀਗਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਦਾ ਕੱਢਣਾ ਹੀ ਸੀਗਾ ਫੇਰ ਮੈਂ ਸੋਚਿਆ ਆਪਾਂ ਵੀ ਵਧੀਆ ਖੇਡੀ ਹੈ ਪੂਰਾ ਮਤਲਬ ਆਪਣੇ ਵੱਲੋਂ ਬੈਸਟ ਦਈਏ ਹਰ ਜਗ੍ਹਾ ਸੋ ਆਪਣਾ ਵਧੀਆ ਉਸ ਤੋਂ ਬਾਅਦ ਬਹੁਤ ਟੂਰਨਾਮੈਂਟ ਜਿੱਤੇ ਆ ਮੈਂ ਉਸ ਕੱਪ ਤੋਂ ਬਾਅਦ ਹਾਂਜੀ ਜੀ ਬਿਲਕੁਲ ਜਿਸ ਤਰ੍ਹਾਂ ਤੁਨ ਨਾਲ ਲੁਧਿਆਣਾ ਜੀ ਜੇ ਦੇਖਿਆ ਜਾਵੇ ਗਿਣਮੀਆਂ ਚ ਚੁਣਮੀਆਂ ਟੀਮਾਂ ਦੇ ਲਈ ਖੇਡਦਾ ਨਜ਼ਰ ਆਉਂਦਾ ਹੈ ਜਿੱਦਾਂ ਪਟਿਆਲੇ ਵਾਲੇ ਏਰੀਏ ਦੀ ਗੱਲ ਕਰੀਏ ਚਲਾਲਾਂ ਦੀ ਟੀਮ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਖੇਡਦੇ ਹੋ ਤੇ ਬਾਈ ਜੀ ਹੋਰ ਟੀਮਾਂ ਦੇ ਜਦੋਂ ਫੋਨ ਆਉਂਦੇ ਆ ਤੇ ਪਲੇ ਤੁਸੀਂ ਮਤਲਬ ਹੋਰ ਟੀਮਾਂ ਦੇ ਜਦੋਂ ਫੋਨ ਆਉਂਦੇ ਆ ਤੁਸੀਂ ਉਹਨਾਂ ਦੇ ਲਈ ਟੀਮ ਦੇ ਲਈ ਕਿਉਂ ਨਹੀਂ ਜਾਂਦੇ ਹੈਗੇ ਉਹਨਾਂ ਜਿੱਥੇ ਭਾਈ ਇੱਕ ਤਾਂ ਉਹਨਾਂ ਚ ਖੇਡਦੇ ਮੈਨੂੰ ਕਾਫੀ ਟਾਈਮ ਹੋ ਗਿਆ ਸਾਲ ਤੋਂ ਉੱਤੇ ਹੋ ਗਿਆ ਉਹਨਾਂ ਨਾਲ ਵਧੀਆ ਆਪਣਾ ਪਿਆਰ ਪੂਰ ਪਿਆ ਹੋਇਆ ਵਾ ਗੁਰਜੀਤ ਹੋਣੀ ਮਨਪ੍ਰੀਤ ਖਰੋਦ ਬਾਰਨ ਜਿਹੜੇ ਸਪான்ਸਰ ਕਰਦੇ ਟੀਮ ਨੂੰ ਬਾਕੀ ਉਹਨਾਂ 'ਚ ਮੇਰਾ ਲੱਕ ਵੀ ਬੋਧ ਆ ਅੱਜ ਤੱਕ ਵੀ ਮੈਂ ਟੋਟਲੀ ਜਿੰਨੇ ਟੂਰਨਾਮੈਂਟ ਉਹਨਾਂ 'ਚ ਖੇਡਿਆ ਲਗਭਗ ਸਾਰੇ ਹੀ ਜਿੰਨੇ ਆ ਮੈਂ ਉਹਨਾਂ ਵਿੱਚ ਬਾਕੀ ਉਹ ਮੇਰੇ ਉਹ ਖੁਦ ਮੇਰੇ ਨਾਲ ਖੇਡ ਕੇ ਕੋ ਮਤਲਬ ਖੁਸ਼ ਨੇ ਉਹਨਾਂ ਨੂੰ ਪਤਾ ਵੀ ਮੈਂ ਉਹਨਾਂ ਦੀ ਟੀਮ ਲਈ ਲੱਕਿਆ ਸੋ ਮੈਨੂੰ ਪਹਿਲ ਮੈਨੂੰ ਹੀ ਦਿੰਦੇ ਆ ਸੋ ਜਿਸ ਤਰ੍ਹਾਂ ਜਿੱਦਾਂ ਬਾਕੀ ਟੀਮਾਂ ਦਾ ਫੋਨ ਆਉਂਦਾ ਤੇ ਉਹ ਉਸ ਟੀਮਾਂ ਨੂੰ ਤੁਹਾਡਾ ਕੀ ਜਵਾਬ ਹੁੰਦਾ ਮੈਂ ਫੇ ਉਹਨਾਂ ਨੂੰ ਕਹਿਦਾ ਨਾ ਵੀ ਮੈਂ ਉਹਨਾਂ ਦੀ ਆਪਣੀ ਪੱਕੀ ਟੀਮ ਹੈਗੀ ਮੈਂ ਉਹਨਾਂ ਜੀ ਖੇਡ ਰਿਹਾ ਵਾਂ ਜੇ ਮੈਂ ਨਾ ਖੇਡਦਾ ਹਾਂ ਫੇ ਆਪਾਂ ਜਿਹਦਾ ਪਹਿਲੇ ਫੋਨ ਉਹਨਾਂ ਨੂੰ ਹਾਂ ਕਰ ਦਿੱਤੀ ਅਸੀਂ ਜੀ ਜਿਸ ਤਰ੍ਹਾਂ ਬਾਈ ਨੇ ਦੱਸਿਆ ਵੀ ਅਸੀਂ ਤੇ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਤੇ ਤੁਸੀਂ ਕਿਹੜੇ ਕਲੱਬ ਦੇ ਲਈ ਖੇਡ ਦੇ ਨਜ਼ਰ ਆਉਂਦੇ ਹੋ ਅੱਜ ਹੀ ਮੈਂ ਅੱਜ ਯੂਐਸਏ ਲਵਰ ਚ ਖੇਡ ਰਿਹਾ ਵਾਂ ਅਮਰਜੀਤ ਭਾਜੀ ਪੀਤਾ ਸ਼ੋਕਰਾ ਉਹਨਾਂ ਜੇ ਵਿੱਚ ਪਾਈ ਹੋਣਾ ਜੇ ਬਹੁਤ ਸਪੋਰਟ ਕਰਦੇ ਨੇ ਮੈਨੂੰ ਬਹੁਤ ਮਾਨ ਕਰਦੇ ਨੇ ਆਪਣੇ ਦੇ ਉਹ ਪੂਰਾ ਸਾਥ ਮਤਲਬ ਕੋਈ ਵੀ ਹੋਵੇ ਮਤਲਬ ਭਾਈ ਮਤਲਬ ਨਾਲ ਹੁੰਦੇ ਹਮੇਸ਼ਾ ਕੋਈ ਚੱਕਰ ਨਹੀਂ ਕਹਿੰਦੇ ਵੀ ਤੂੰ ਖੇਡ ਖੁੱਲ ਕੇ ਖੇਡ ਆਪਾ ਤੇਰੇ ਨਾਲ ਜੀ ਤੋਂ ਨਾਲ ਲੁਧਿਆਣੇ ਦਾ ਕੈਰੀਅਰ ਕ੍ਰਿਕਟ ਦਾ ਕੈਰੀਅਰ ਦੀ ਜੇ ਗੱਲ ਕਰੀਏ ਹਾਲੇ ਤੱਕ ਕੀ ਕੀ ਜਿੱਤ ਚੁੱਕੇ ਹਾਂ ਮੈਂ ਜੀ ਆਪਣੀ ਲਾਈਫ ਚ ਇੱਕ ਮੋਟਰਸਾਈਕਲ ਦੋ LED ਆ ਦੋ ਵਾਸ਼ਿੰਗ ਮਸ਼ੀਨਾਂ ਦੋ ਮਾਈਕ੍ਰੋਵੇਵ 15 20 15 ਤੋਂ 20 ਕੈਸ਼ ਸੀਰੀਜ਼ਾਂ ਜਿੱਤਿਆ ਹੋਣਾ 8 10 ਵਾਰ ਬੈਸਟ ਰਹਿ ਚੁੱਕੇ ਹਾਂ ਸਤਰਾ ਬਾਈ ਨੇ ਦੱਸਿਆ ਵੀ ਇਹ ਕੁਝ ਚੀਜ਼ਾਂ ਸੀ ਜਿੱਤ ਚੁੱਕੇ ਆ ক্রিকেট ਨੇ ਕਿੰਨਾ ਕੁਝ ਦਿੱਤਾ ਹੈ ক্রিকেট ਨੇ ਜੀ ਬਹੁਤ ਕੁਝ ਦਿੱਤਾ ਹੈ ਜੀ ਮੱਲਬ ਆਪਾਂ ਕਹਿ ਦਈਏ ਨਾ ਇੱਕ ਤਾਂ ਇੱਕਦਰਾ ਪਰਿਵਾਰ ਹੋ ਗਿਆ ਜੀ ক্রিকেট ਨੇ ਜਿਵੇਂ ਆਪਾਂ ਕਹਿ ਦਈਏ ਵੀ ਲੋਕ ਜਾਣਨ ਲਾਪੇ ਜਿੱਥੇ ਵੀ ਜਾਈਦਾ ਲੋਕ ਇੰਨਾ ਕਿ ਮਾਨ ਸਤਕਾਰ ਪਿਆਰ ਦਿੰਦੇ ਆ ਨਾ ਵੀ ਬਸ ਇਹ ਸੋਚਦੇ ਸੀ ਵੀ ਇੰਨੇ ਜੋਗੇ ਸੀ ਨਹੀਂ ਜਿੰਨਾ ক্রিকেট ਨੇ ਬਣਾਤਾ ਸਾਨੂੰ ਤੁਹਾਨੂੰ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਜਾਨਦੇ ਹੋ ਪੂਰਾ ਪਿਆਰ ਮਿਲਦਾ ਹੈ ਹਾਂਜੀ ਜੀ ਪੂਰਾ ਪਿਆਰ ਮਿਲਦਾ ਲੋਕ ਪੂਰਾ ਮਾਨਤਨ ਕਰਦੇ ਨੇ ਜਿੱਥੇ ਚਾਹੀਦਾ ਵਾ ਲੋਕ ਮਤਲਬ ਬਸ ਪੂਰੀ ਸਪੋਰਟ ਕਰਦੇ ਨੇ ਵੀ ਹਾਂ ਖੁਸ਼ ਹੁੰਦਾ ਮਤਲਬ ਦੇਖ ਆਪਣੇ ਆਪ ਤੇ ਖੁਸ਼ੀ ਹੁੰਦੀ ਆ ਵੀ ਹਾਂਜੀ ਵੀ ਚਲੋ ਵੀ ਕੁਸ਼ਤਾ ਕੀਤਾ ਸੀ ਆਪਣੀ ਲਾਈਫ ਦੇ ਵਿੱਚ ਸੋ ਜੇ ਦੇਖਿਆ ਜਾਵੇ ਵੀ ਘਰ ਦੇ ਪਹਿਲਾਂ ਰੋਕਦੇ ਸੀ ਹਾਂਜੀ ਪਹਿਲਾਂ ਮੈਨੂੰ ਪਹਿਲਾਂ ਪਹਿਲਾਂ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਰੋਕਦੇ ਸੀ ਜਦੋਂ ਮੈਂ ਮਤਲਬ ਪਹਿਲੇ ਇੱਕ ਮਤਲਬ ਆਪਾਂ ਜੇ ਕਹ ਰਹੀਏ ਥੋੜਾ ਟਾਈਮ ਤਾਂ ਮੈਂ ਰੋਜ਼ ਹੀ ਆਣਾ ਵੀ ਆਪਾਂ ਜਦੋਂ ਹੁਣ ਜਿਤਨਾ ਨਹੀਂ ਕਰਦੇ ਰੋਜ਼ ਪੁੱਜਦੇ ਸੀ ਕੁਝ ਚਿੱਤ ਕੇ ਲਿਆਇਆ ਨਹੀਂ ਲਿਆਇਆ ਹੁਣ ਫੇਰ ਆਪਣੇ ਆਪ ਤੇ ਹੁੰਦਾ ਸੀ ਵੀ ਅਸੀਂ ਕਾਸ਼ ਅਸੀਂ ਵੀ ਜਿੱਤੀਏ ਜਿੱਤੀਏ ਫੇਰ ਮਨ ਚ ਹੀ ਹੁੰਦਾ ਸੀ ਵੀ ਵੀ ਵਧੀਆ ਪਰਫਾਰਮ ਕਰੀਆ ਅਰਥਾ ਮਿਹਨਤ ਕੀਤੀ ਤਾਂ ਜਾ ਕੇ ਬਾਬਾ ਜੀ ਨੇ ਸੁਣੀ ਦੇ ਸੀ ਬਹੁਤ ਕੁਝ ਜਿੱਤਦੇ ਹੋਂਨ ਕਰ ਦੇ ਕੀ ਕਹਿੰਦੇ ਵੀ ਕ੍ਰਿਕਟ ਖੇਡੋ ਹਾਂਜੀ ਹੁਣ ਕਹਿੰਦੇ ਖੇਡੋ ਉਹ ਖੇਡਣ ਨੂੰ ਨਹੀਂ ਮਨਾ ਕਰਦੇ ਉਹ ਕਹਿੰਦੇ ਪਰ ਫਾਦਰ ਸਾਹਿਬ ਹਜੇ ਵੀ ਮੈਨੂੰ ਰੋਕਦੇ ਵੀ ਹੁਣ ਮੈਨੂੰ ਹਈ ਕਹਿੰਦੇ ਵੀ ਤੂੰ ਛੱਡ ਦੇ ਵੀ ਆਪਣੇ ਬਿਜ਼ਨਸ ਵਾਲ ਵੀ ਧਿਆਨ ਦੇ ਲਾ ਪਰ ਮੈਂ ਉਹਨਾਂ ਨੂੰ ਕਹਿਣਾ ਕੋਈ ਨਹੀਂ ਮੈਂ ਛੱਡ ਦੂੰਗਾ ਛੱਡ ਦੂੰਗਾ ਹਾਂਜੀ ਜੀ ਬਸ ক্রিকেট ਛੁੱਟਦੀ ਨਹੀਂ ਜੀ ਕਹਿਣ ਦਾ ਮਤਲਬ ਹੈ ক্রিকেট ਨਹੀਂ ਛੁੱਟਦੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਅਸੀਂ ਕਰਦਿਆਂ ਨੂੰ ਵੀ ਅਪੀਲ ਕਰ ਦੇਣਾ ਚਾਹੁੰਦੇ ਆ ਵੀ ਪੂਰੀ ਸਪੋਰਟ ਕਰਿਆ ਕਰੋ ক্রিকেট ਜਿੱਦਾਂ ਬੱਚੇ ਖੇਡਾਂ ਵੱਲ ਲੱਗੇ ਹੋਏ ਆ ਸੋ ਬਹੁਤ ਖੁਸ਼ੀ ਵਾਲੀ ਗੱਲ ਆ ਜਿਨ੍ਹਾਂ ਦੇ ਬੱਚੇ ਅੱਜ ਖੇਡਾਂ ਦੇ ਨਾਲ ਲੱਗੇ ਆ ਸੋ ਭਾਈ ਜੀ ਆਪਾਂ ਗੱਲ ਕਰੀਏ ਤੁੰਣਾ ਲੁਧਿਆਣਾ ਅਕਸਰ ਚਰਚਾਂ ਦੇ ਵਿੱਚ ਰਹਿੰਦੇ ਆ ਵੀ ਤੁੰਣਾ ਲੁਧਿਆਣਾ ਬਹੁਤ ਜ਼ਿਆਦਾ ਖਰਚੇ ਦੀ ਮੰਗ ਕਰਦਾ ਵੀ ਕਰਦਾ ਇਹ ਲੋਕਾਂ ਦਾ ਸਵਾਲ ਹੈ ਲੋਕ ਅਕਸਰ ਜਦੋਂ ਵੀ ਮੈਂ ਕਿਤੇ ਆਉਣਾ ਜਾਂਦਾ ਵੀ ਲੋਕਾਂ ਤੋਂ ਸੁਣਨ ਨੂੰ ਮਿਲਦਾ ਕੀ ਇਹ ਗੱਲ ਭਾਜੀ ਸੱਚ ਹੈ ਹਾਂਜੀ ਭਾਜੀ ਆਪਾਂ ਲਈਦੇ ਪੈਸੇ ਆਪਾਂ ਕਹਿੰਨੇ ਆ ਲਈਦੇ ਆ ਬਿਲਕੁਲ ਸੱਚ ਹੈ ਜਿਹੜੇ ਜੋ ਸੱਚ ਆ ਆਪਾਂ ਸੱਚ ਹੀ ਬੋਲਾਂਗੇ ਉੰਜੇ ਆਏ ਆ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਜੀ ਹਾਂਜੀ ਆਪਾਂ ਬਿਲਕੁਲ ਲਈਦੇ ਜੀ ਪੈਸੇ ਜੀ ਮਤਲਬ ਜਿਹੜੀਆਂ ਟੀਮਾਂ ਮਤਲਬ ਕਈ ਟੀਮਾਂ ਜੀ ਤੁਸੀਂ ਖੇਡੇ ਹੋ ਕਈ ਟੀਮਾਂ ਨੇ ਕਿਸੇ ਕੋਈ ਇਦਾਂ ਦੀ ਟੀਮ ਹੈ ਵੀ ਮਤਲਬ ਜਿਹਨੇ ਖਰਚਾ ਨਾ ਦਿੱਤਾ ਹੋਵੇ ਤੁਹਾਨੂੰ ਵੀ ਮਤਲਬ ਤੁਸੀਂ ਗਏ ਹੋ ਮੋ ਇਦਾਂ ਹੀ ਵਾਪਸ ਆਏ ਹੋ ਨਾਮ ਤਾਂ ਚਲੋ ਆਪਾਂ ਲੈਣਾ ਨਹੀਂ ਕਿਸੇ ਟੀਮ ਦਾ ਹਾਂਜੀ ਮੈਨਾਂ ਦੋ ਤਿੰਨ ਵਾਰ ਹੋ ਚੁੱਕਾ ਜੀ ਇਦਾਂ ਮੈਂ ਖੇਡਣ ਗਿਆ ਜੀ ਫੋਨ ਤੇ ਗੱਲ ਪੈਸਿਆਂ ਦੀ ਹੁੰਦੀ ਸੀਗੀ ਤੇ ਮੁੜ ਕੇ ਉੱਥੇ ਜਾ ਕੇ ਬਾਈ ਦੋ ਕਵਾਰ ਆਇਆ ਹੋਏ ਦੋ ਵਾਰ ਮੈਨਾਂ ਪੈਸੇ ਨਹੀਂ ਦਿੱਤੇ ਉਹਨਾਂ ਨੇ ਹੁਣ ਚਲੋ ਨਾਮ ਤਾਂ ਆਪਾਂ ਲੈਣਾ ਨਹੀਂ ਬਟ ਮੇਰੇ ਨਾਲ ਹੋ ਚੁੱਕਾ ਐਦਾ ਜੀ ਦੋ ਤਿੰਨ ਵਾਰ ਹੋ ਗਿਆ ਜੀ ਤੇ ਉਦੋਂ ਫਿਰ ਤੁਸੀਂ ਕੀ ਸੋਚਿਆ ਵੀ ਪੈਸੇ ਆਪਾਂ ਲੈਣੇ ਆ ਜਾਂ ਨਹੀਂ ਲੈਣੇ ਪੈਸੇ ਤਾਂ ਜੀ ਦੇਖੋ ਆਪਾਂ ਪੈਸੇ ਤਾਂ ਪਲੇਅਰ ਨੇ ਆਪਣੀ ਮਿਹਨਤ ਲੈਣੀ ਲੈਣੀ ਆ ਹੁਣ ਜੇ ਹੁਣ ਟੀਮਾਂ ਕਹਿ ਦਿੰਦੀਆਂ ਵੀ ਇਹ ਮੂੰਹ ਪੈਸੇ ਬਹੁਤ ਮੰਗਦਾ ਵੀ ਇਹ ਮੂੰਹ ਅੱਡਦਾ ਹੁਣ ਜੇ ਅਸੀਂ 100 ਕਿਲੋਮੀਟਰ ਖੇਡਣ ਜਾ ਰਹੇ ਆ ਠੀਕ ਆ ਜੀ 100 ਤੇ 200 ਕਿਲੋਮੀਟਰ ਹੋ ਗਿਆ ਆਪਾਂ ਗੱਲ ਕਰੀਏ ਜੀ ਅੱਜ ਅੱਜ ਦੀ ਮਹਿੰਗਾਈ ਦੇ ਉਹਨਾਂ ਡੀਜ਼ਲ ਤੁਹਾਨੂੰ ਪਤਾ ਪੈਟਰੋਲ ਡੀਜ਼ਲ ਦੇ ਰੇਟ ਕਿੱਥੇ ਆ ਹੁਣ ਜੇ 1500 ਦਾ 1000 1500 ਦਾ ਤੇਲ ਭੁਗਦਾ ਜੇ ਪਲੇਅਰ ਉੱਤੋਂ 1000 1500 ਮੰਗ ਲੇ ਫਿਰ ਗਾਇੰਦੇ ਵੀ ਇਹ ਪੈਸੇ ਬਹੁਤ ਮੰਗਦਾ ਫਿਰ ਦੇਖੋ ਹੁਣ ਜੇ ਆਪਾਂ ਖੇਡਣ ਏਡੀ ਤੋਂ ਜਾ ਰਹੇ ਆ ਠੀਕ ਆ ਮੇਰੀ ਗੱਡੀ ਤਾਂ ਦੋ ਵਾਰ ਐਕਸੀਡੈਂਟ ਹੋ ਗਿਆ ਦੋ ਵਾਰ ਪੈਸੇ ਲੱਗੇ ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਵੀ ਤੂੰ ਪੈਸੇ ਜਾਂ ਕਿਸੇ ਨੇ ਮੈਨੂੰ ਪੈਸੇ ਦਿੱਤੇ ਹੋਣ ਠੀਕ ਆ ਮੈਂ ਖੇਡਣ ਗਿਆ ਚਲੋ ਆਪਣੇ ਪ੍ਰਮਾਤਮਾ ਦੀ ਮਿਹਰ ਆਪਣੇ ਸੱਟਾਂ ਨਹੀਂ ਲੱਗਿਆ ਬਾਈ ਚਾਂਸ ਸਾਡੇ ਸੱਟ ਲੱਗ ਜਾਵੇ ਸਾਨੂੰ ਕੁਝ ਹੁੰਦਾ ਸਾਡੇ ਨਾਲ ਸਾਨੂੰ ਕਿਹਨੇ ਪੈਸੇ ਦੇਣੇ ਸਾਡੇ ਘਰਦਿਆਂ ਨੇ ਹੀ ਦੇਣੇ ਉਹ ਕਿਸੇ ਨੇ ਸੋ ਅਸੀਂ ਪੈਸੇ ਲਈਦੇ ਮੈਂ ਖੁਦ ਕਹਿੰਨਾ ਮੈਂ ਪੈਸੇ ਲੈਣਾ ਵਾ ਆਪਣੀ ਮਿਹਨਤ ਦੇ ਪੈਸੇ ਲਈਦੇ ਅਸੀਂ ਜੀ ਬਿਲਕੁਲ ਜਿਸ ਤਰ੍ਹਾਂ ਬਾਈ ਨੇ ਆਪਣਾ ਦਿਲ ਦੀ ਗੱਲ ਦੱਸੀ ਹੈ ਵੀ ਅਸੀਂ ਪਲੇਅਰ ਪੈਸੇ ਕਿਉਂ ਲੈਂਦੇ ਆ ਉਹਨਾਂ ਦੇ ਘਰ ਦੀਆਂ ਸੌ ਮਜਬੂਰੀਆਂ ਹੁੰਦੀਆਂ ਤੇ ਉਹ ਜੇ ਕੋਈ ਪਲੇਅਰ ਮੁਸੀਬਤ ਦੇ ਵਿੱਚ ਆ ਜਾਵੇ ਤੇ ਉਦੋਂ ਕਿੰਨਾ ਕੁ ਤੁਹਾਨੂੰ ਪੁੱਛਿਆ ਜਾਂਦਾ ਕੋਈ ਨਹੀਂ ਪੁੱਛਦਾ ਜੀ ਬਹੁਤ ਘੱਟ ਲੋਕ ਹੁੰਦੇ ਵੀ ਜਿਹੜੇ ਪੁੱਛਦੇ ਆ ਮੇਰਾ ਦੋ ਵਾਰ ਐਕਸੀਡੈਂਟ ਹੋਇਆ ਵਾ ਕਿਸੇ ਨੇ ਪੁੱਛਿਆ ਕੋਈ ਨਹੀਂ ਪੁੱਛਦਾ ਬਸ ਬਸ ਇਹ ਆ ਵੀ ਅਗਲੇ ਕਹਾ ਦਿੰਦੇ ਆ ਵੀ ਇਹ ਇਦਾਂ ਵਾ ਇਦਾਂ ਵਾ ਬਟ ਕੋਈ ਨਹੀਂ ਗੱਲ ਦਿਲ ਦੀ ਗੱਲ ਕੋਈ ਨਹੀਂ ਸਮਝ ਸਕਦਾ ਕੋਈ ਬਸ ਕਹਿ ਦੋਗੇ ਵੀ ਇਹ ਪੈਸੇ ਮੰਗਦਾ ਬਟ ਆਪਾਂ ਜੇ ਕਹਿ ਦਈਏ ਨਾ ਵੀ ਕੋਈ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ ਪਾ ਤੁਹਾਡੀ ਫੈਮਿਲੀ ਤੁਹਾਨੂੰ ਪੁੱਛੂਗੀ ਜਾਂ ਕੋਈ ਇੱਕ ਅੱਧਾ ਹੋਰ ਹੋਊਗਾ ਜਿਹਨਾਂ ਜਿਹੜੇ ਜਿਹਦੀ ਤੁਹਾਡੇ ਨਾਲ ਦਿলো ਅਟੈਚਮੈਂਟ ਹੋਊਗੀ ਇੱਕ ਗੱਲ ਹੋਰ ਆਪਾਂ ਕਰਦੇ ਆਂ ਵੀ ਜਿੰਨਾਂ ਚਿਰ ਪਲੇਅਰ ਦਾ ਬੈਟ ਲੱਗਦਾ ਉਹਨਾਂ ਚਿਰ ਹੀ ਉਹਨੂੰ ਕਿਉਂ ਪੁੱਛਿਆ ਜਾਂਦਾ ਤੇ ਜਦੋਂ ਉਹਦਾ ਬੈਟ ਲੱਗਣਾ ਬੰਦ ਹੋ ਜਾਂਦਾ ਉਸ ਤੋਂ ਬਾਅਦ ਉਸ ਪਲੇਅਰ ਦੀ ਮੰਗ ਘਟ ਜਾਂਦੀ ਆ ਉਹਨੂੰ ਪੁੱਛਣਾ ਬੰਦ ਕਰ ਦਿੱਤਾ ਜਾਂਦਾ ਇਹ ਵਿਤਕਰਾ ਕਿਉਂ ਹੁੰਦਾ ਐਦਾਂ ਖਿਡਾਰੀਆਂ ਦੇ ਨਾਲ ਇਹ ਤਾਂ ਜੀ ਦੇਖੋ ਆਪਾਂ ਕਹიდੀਏ ਟਾਈਮ ਦੀ ਗੱਲ ਆ ਹੁਣ ਕਿਸੇ ਪਲੇਅਰ ਤੇ ਚੰਗਾ ਟਾਈਮ ਆਉਂਦਾ ਉਹਦਾ ਬੈਟ ਚੱਲਦਾ ਵਾ ਟੀਮਾਂ ਨੂੰ ਫੋਨ ਕਰਦੀਆਂ ਵਾ ਇਹ ਗੇਮ ਇਦਾਂ ਦੀ ਇੱਥੇ ਚੜਦੇ ਨੂੰ ਸਲਾਮਾ ਆ ਜੀ ਜੇ ਆ ਹੁਣ ਮੈਂ ਅੱਜ ਹੁਣ ਮੈਂ ਆਪਣੀ ਗੱਲ ਕਰ ਲਾਂ ਜੇ ਮੈਂ ਹੁਣ 15 20 ਟੂਰਨਾਮੈਂਟ ਮੈਂ ਫਲੌਪ ਖੇਡ ਜਾਵਾਂ ਤੇ ਮੈਨੂੰ ਵੀ ਫੋਨਾਂ ਨੇ ਬੰਦ ਹੋ ਜਾਣੇ ਆ ਇਹ ਤਾਂ ਗੇਮ ਦਾ ਜੀ ਪਾਰਟ ਆ ਉਤਾਰ ਚੜਾਅ ਦੇ ਵਿੱਚ ਆਣਾ ਹੀ ਆ ਪਲੇਅਰ ਤੇ ਪਰ ਬਾਕੀ ਉਹਨਾਂ ਨੂੰ ਆ ਮੈਂ ਹੀ ਲੋਕਾਂ ਨੂੰ ਕਹੂੰਗਾ ਵੀ ਐ ਜੱਜ ਨਾ ਕਰਿਆ ਕਰੋ ਵੀ ਪਲੇਅਰ ਨੂੰ ਵੀ ਇਹ ਇਦਾਂ ਵਾਂ ਓਦਾਂ ਵਾਂ ਬਹੁਤ ਮਤਲਬ ਆਪਾਂ ਕਹਿਣ ਦਾ ਮਤਲਬ ਹੁਣ ਮੈਨੂੰ ਕਈ ਵਾਰ ਧਮਕੀਆਂ ਅੱਜ ਤੱਕ ਮਤਲਬ ਧਮਕੀਆਂ ਵੀ ਆਉਂਦੀਆਂ ਮੈਨੂੰ ਵੀ ਤੂੰ ਇੱਥੇ ਆਇਆ ਤੈਨੂੰ ਐ ਕਰਦਾਂਗੇ ਜੇ ਤੂੰ ਨਾ ਆਇਆ ਪਲੇਅਰ ਦੀ ਬਾਈ ਮਜਬੂਰੀ ਹੁੰਦੀ ਆ ਕਿਸੇ ਨਾਲ ਧੱਕਾ ਨਾ ਕਰਿਆ ਕਰੋ ਮੇਰੇ ਨਾਲ ਮਤਲਬ ਬਹੁਤ ਲੋਕ ਧੱਕਾ ਕਰਦੇ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਮੇਰੇ ਨਾਲ ਬਹੁਤ ਲੋਕ ਧੱਕਾ ਕਰਦੇ ਆ ਫਿਰ ਵੀ ਮੈਂ ਚੱਲ ਚੁੱਪ ਮੈਂ ਹੁਣ ਖੇਡਣ ਜਾਂਦਾ ਮੈਂ ਨਾ ਕਿਸੇ ਨਾਲ ਉੱਚਾ ਨਹੀਂ ਮੈਂ ਬੋਲਦਾ ਨਾ ਫालतूਗੱਲ ਲੋਕ ਫਿਰ ਵੀ ਮੇਰੇ ਨਾਲ ਧੱਕਾ ਕਰਦੇ ਆ ਵੀ ਹੁਣ ਪਲੇਅਰ ਦੀ ਮਜਬੂਰੀ ਨਹੀਂ ਕੋਈ ਸਮੇਂ ਦਾ ਇਦੇ ਟਾਈਮ ਤੇ ਸਭ ਧੱਕਾ ਕੋਸ ਕੋਚ ਸਭ बस ਗਰਾਰੀਆਂ ਵਸਾ ਕੇ ਬੈਜੂਗੇ ਜੇ ਵੀ ਅਸੀਂ ਉਹਨੂੰ ਬੁਲਾਣਾ ਉਹਨੂੰ ਬੁਲਾਣਾ ਵਾ ਬਸ ਹੋਰ ਕੁਝ ਨਹੀਂ ਪਲੇਅਰਾਂ ਲਈ ਭਾਵਨਾ ਨਹੀਂ ਰਹੀ ਐ ਬਈ ੱਟਕੇ ਸ਼ਾਹੀ ਚੱਲਦੀ ਐ ਕੋਸ ਕੋਸ ਹੋਰ ਕੁਝ ਨਹੀਂ ਜਲਦਾ ਸੋ ਜਿਵੇਂ ਤੁਸੀਂ ਦੱਸਿਆ ਵੀ ਮੇਰੇ ਨਾਲ ਬਹੁਤ ਜਗਾ ੱਟਕਾ ਹੋਇਆ ਇਹ ੱਟਕਾ ਕਿਉਂ ਹੁੰਦਾ ੱਟਕਾ ਕਿਹੜੀ ਗੱਲ ਨੂੰ ਲੈ ਕੇ ੱਟਕਾ ਹੁੰਦਾ ਹੁਣ ੱਟਕਾ ਹੁਣ ਹੁਣ ਬਾਈ ਚਾਂਸ ਮੈਂ ਇੱਕ ਸਟੇਮ ਨੂੰ ਹਾਂ ਕੀਤੀ ਐ ਮੇਰੇ ਘਰੇ ਕੋਈ ਐਮਰਜੈਂਸੀ ਕੰਮ ਪੈ ਜਾਵੇ ਠੀਕ ਆ ਹੁਣ ਫੈਮਲੀ ਨਾਲੋਂ ਬੱਦਕੇ ক্রিকেট ਮੈਂ ਤਾਂ ਨਹੀਂ ਸਮਝਦਾ ਪਹਿਲਾਂ ਮੈਂ ਤਾਂ ਆਪਣੀ ਫੈਮਿਲੀ ਨੂੰ ਇੰਪੋਰਟੈਂਸ ਦਊਂਗਾ ਠੀਕ ਆ ਉਹ ਕਹਿ ਦੂਗੇ ਵੀ ਤੂੰ ਟੋਪੀ ਪਾ ਰਿਆ ਤੂੰ ਐ ਕਰ ਹਾਲਾ ਕਿ ਜਦ ਕੀ ਮੈਂ ਉਹਨਾਂ ਨੂੰ ਕਹਿ ਵੀ ਦਿਨਾ ਵਾਂ ਵੀ ਬਾਈ ਜੇ ਮੈਂ ਥੋੜੇ ਚ ਨਹੀਂ ਆ ਕਿਸੇ ਹੋਰ ਚ ਵੀ ਖੇਡਣ ਨਹੀਂ ਜਾਂਦਾ ਫੇਰ ਵੀ ਉਹ ਨਹੀਂ ਤੂੰ ਸਾਨੂੰ ਟੋਪੀ ਪਾ ਰਿਆ ਤੂੰ ਕਿਤੇ ਹੋਰ ਖੇਡਣ ਜਾਣਾ ਵਾ ਵੀ ਜਦ ਮਜਬੂਰੀ ਪੈ ਗਈ ਆ ਹੁਣ ਅਸੀਂ ਕੀ ਕਰ ਸਕਦੇ ਆ ਦੇਖੋ ਹੁਣ ਅਸੀਂ ਮੈਂ ਆਣਾ ਖੇਡਣਾ ਨਾ ਆਪਾਂ ਆਪਣੇ ਮਿਹਨਤ ਲੈਣੀ ਆਪਾਂ ਜੋਰ ਲਾ ਕੇ ਚੱਲ ਜਾਣਾ ਵਾਪਸ ਫੇਰ ਟੀਮਾਂ ਹੋਈ ਕਹਿ ਧਮਕੀਆਂ ਦੇਣ ਲਾਪੂਗੇ ਕੋਈ ਨਹੀਂ ਤੂੰ ਇੱਥੇ ਆ ਕੇ ਦਿਖਾਈ ਐ ਮੈਂ ਨਾਮ ਨਹੀਂ ਉਹਨਾਂ ਦਾ ਲੈਣਾ ਮੈਨੂੰ ਬਹੁਤ ਧਮਕੀਆਂ ਆਉਂਦੀਆਂ ਜੀ ਵੀ ਤੂੰ ਐਦਾਂ ਐਦਾਂ ਬਸ ਪੁੱਛਣਾ ਵੀ ਟੱਕਾ ਬਹੁਤ ਹੁੰਦਾ ਕੋਸ ਕੋਚ ਜਿਸ ਤਰ੍ਹਾਂ ਬਾਈ ਨੇ ਦੱਸਿਆ ਵੀ ਮੈਨੂੰ ਬਹੁਤ ਸਾਰੀਆਂ ਧਮਕੀਆਂ ਆਈਆਂ ਵੀ ਤੂੰ ਇੱਥੇ ਨਹੀਂ ਖੇਡਣਾ ਇੱਥੇ ਨਹੀਂ ਖੇਡਣਾ ਆਣਾ ਵੀ ਸਾਡੀ ਟੀਮਾਂ ਦੇ ਲਈ ਖੇਡ ਸੋ ਇਹ ਵੀਰਾਂ ਨੂੰ ਮੈਂ ਬੇਨਤੀ ਕਰ ਦੇਣਾ ਚਾਹੁੰਨਾ ਵੀ ਕਿਸੇ ਵੀ ਖਿਡਾਰੀ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ ਕਿਉਂਕਿ ਇੱਕ ਖਿਡਾਰੀ ਦੀ ਭਾਵਨਾ ਨੂੰ ਸਮਝਿਆ ਜਾਵੇ ਉਦੀ ਮਜਬੂਰੀ ਨੂੰ ਸਮਝਿਆ ਜਾਵੇ ਸੋ ਫਿਰ ਉਸ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਫਿਰ ਇਸ ਤਰ੍ਹਾਂ ਦੀਆਂ ਧਮਕੀਆਂ ਸਾਰੇ ਹੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਦੇਣੀਆਂ ਬੰਦ ਕਰ ਦੇਈਏ ਆਪਾਂ ਕਿਉਂਕਿ ਪਲੇਅਰ ਹੈ ਆਮ ਜੇ ਪਰਿਵਾਰ ਦੇ ਵਿੱਚ ਉੱਠ ਕੇ ਨਾਮ ਬਣਾਉਣ ਵਾਲੇ ਖਿਡਾਰੀ ਬਹੁਤ ਸਾਰੇ ਕਾਸਕੋ ਦੇ ਵਿੱਚ ਪਏ ਐ ਸੋ ਬੜਾ ਔਖਾ ਨਾਮ ਬਣਦਾ ਹੈ ਉਸ ਤੋਂ ਬਾਅਦ ਇਹਨਾਂ ਨਾਮਾਂ ਤੇ ਦਾਗ ਲੱਗ ਜਾਣੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਜਿਹੜੇ ਪੁੱਤਰ ਆਪਣੀਆਂ ਮਾਵਾ ਦੇ ਘਰੋਂ ਹੱਸਦੇ ਖੇਡਦੇ ਆਉਂਦੇ ਆ ਇਦਾਂ ਹੀ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਵਾਪਸ ਜਾਇਆ ਕਰਨ ਆਪਣੀਆਂ ਮਾਵਾ ਨੂੰ ਮਿਲਿਆ ਕਰਨ ਸੋ ਬਾਈ ਜੀ ਜਿਸ ਤਰ੍ਹਾਂ ਤੁੰ ਨਾਲ ਲੁਧਿਆਣਾ ਦੀ ਗੱਲ ਕਰੀਏ ਕੋਈ ਮਨ ਦੇ ਵਿੱਚ ਇਹੋ ਜੀ ਗੱਲ ਹੋਵੇ ਜਿਹੜੀ ਦਿਲ ਤੇ ਲੱਗੀ ਹੋਵੇ ਉਹਨੂੰ ਲੈ ਕੇ ਅੱਗੇ ਤੁਸੀਂ ਸੁਧਾਰ ਵੀ ਕੀਤਾ ਹੋਵੇ ਕੋਈ ਇਦਾਂ ਦੀ ਗੱਲ ਹੋਵੇ ਮਨ ਦੇ ਵਿੱਚ ਹਾਂਜੀ ਬਿਲਕੁਲ ਜੀ ਮੇਰੇ ਘਰ ਦੇ ਕੋਲੀ ਟੂਰਨਾਮੈਂਟ ਸੀਗਾ ਬਹੁਤ ਵਧੀਆ ਕੱਪ ਕਰਾਇਆ ਉਹਨਾਂ ਨੇ ਨੂਰਵਾਲ ਘਰ ਦੇ ਮਤਲਬ ਆਪਾਂ ਗਏ ਦੇ ਕਿਲੋਮੀਟਰ ਦੇ ਕੋਲ ਹੀ ਸੀਗਾ ਤੇ ਉਹ ਕੱਪ ਤੇ ਜਿਵੇਂ ਲੋਕਲ 10 12 ਟੀਮਾਂ ਲੋਕਲ ਦੀਆਂ ਸੀਗੀਆਂ ਸਾਰੇ ਮੇਰੇ ਲੋਕਲ ਪਲੇਅਰ ਵੀ ਖੇਡੇ ਮੈਂ ਉਹ ਤਿੰਨ ਦਿਨ ਬੈਹਿ ਕੇ ਉੱਥੇ ਮੈਚ ਮੂਜ ਦੇਖਦਾ ਰਿਆ ਮੈਂ ਅੱਖਾਂ ਵੀ ਬਹੁਤ ਭਰੀਆਂ ਤੇ ਜਦੋਂ ਮਤਲਬ ਤੀਸਰੇ ਦਿਨ ਮੈਂ ਰਾਤ ਕਰਿਆ ਮੇਰੇ ਫਾਦਰ ਸਾਹਿਬ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਵੀ ਅੱਖਾਂ ਭਰ ਦੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਜੇ ਦਾ ਪੁੱਤ ਤੂੰ ਆਪਣਾ ਖੇਡਣਾ ਵਾ ਤਾਂ ਇੰਨਾ ਕੁ ਤਕੜਾ ਖੇਲ ਵੀ ਤੈਨੂੰ ਕਿਸੇ ਦੀ ਲੋੜ ਨਾ ਪਵੇ ਉਹ ਖੁਦ ਤੇਰੀਆਂ ਮਿੰਤਾ ਕਰਨ ਵੀ ਤੂ ਉਹਨਾਂ ਦੀ ਟੀਮ ਲਈ ਖੇਡੇ। ਬਸ ਉਹ ਮੇਰੇ ਲਈ ਮੋਟੀਵੇਸ਼ਨਲ ਜੋ ਵੀ ਫਾਦਰ ਸਾਹਿਬ ਨੇ ਕਿਹਾ ਮੈਨੂੰ ਉਹਨਾਂ ਨੇ ਉਸ ਗੱਲ ਮੋਟੀਵੇਟ ਕੀਤਾ। ਮੈਂ ਖੁਦ ਆਪਣੇ ਆਪ ਨੂੰ ਫਿਰ ਇੰਨਾ ਕੁ ਸਟਰੋਂਗ ਬਣਾਇਆ ਵੀ ਮਿਹਨਤ ਕੀਤੀ ਵੀ ਮੈਂ ਅੱਜ ਪਰਮਾਤਮਾ ਦੇ ਮਿਹਰ ਆ ਵੀ ਆਪਾਂ ਕਹਿ ਦਈਏ ਆਪਣੇ ਕੋ ਵੀ ਟਾਈਮ ਨਹੀਂ ਹੁੰਦਾ ਵੀ ਪੂਰਾ ਮਹੀਨਾ ਮੈਂ ਲਗਾਤਾਰ ਮੈਂ ਖੇਡਦਾ ਹੁੰਨਾ ਵਾ। ਸਾਰੀਆਂ ਟੀਮਾਂ ਵਾਸਤੇ ਬੁਕਿੰਗ ਫੁੱਲ ਹੁੰਦੀ ਆਪਣੀ। ਨੇ ਹੁਣ ਮਨ ਦੇ ਵਿੱਚ ਹੈਗਾ ਵੀ ਹੁਣ ਦੁਬਾਰਾ ਜੇ ਨੂਰਬਾਲ ਦਾ ਕੱਪ ਹੋਵੇ ਤੇ ਦੁਬਾਰਾ ਤੁਸੀਂ ਖੇਡੋ ਉਸੇ ਕੱਪ ਤੇ ਹਾਂਜੀ ਮਨ ਚ ਪੂਰਾ ਹੈਗਾ ਜੀ ਅਸੀਂ ਐਤ ਕੀ ਦਾ ਸੋਚਿਆ ਹੋਇਆ ਵੀ ਮੈਂ ਜਿੱਤਣਾ ਵੀ ਉੱਥੇ ਪੂਰਾ ਸੋਚਿਆ ਤਾਂ ਇਹ ਹੈ ਮਿਹਨਤ ਕਰ ਰਹੇ ਆ ਵੀ ਐਤ ਕੀ ਉੱਥੇ ਜਿੱਤੀਏ ਫਰਸਟ ਲਾਈਏ ਬਾਕੀ ਸੋ ਜਿਸ ਤਰ੍ਹਾਂ ਤੁਨ ਲੁਧਿਆਣਾ ਜੀ ਤੁਸੀਂ ਜਿਹੜੇ ਕਾਸਕੋ ਕ੍ਰਿਕਟ ਦੇ ਟੂਰਨਾਮੈਂਟ ਹੋ ਰਹੇ ਆ ਪੰਜਾਬ ਦੇ ਵਿੱਚ ਤੁਸੀਂ ਕੀ ਕੀ ਸੁਧਾਰ ਚਾਹੁੰਦੇ ਹੋ ਵੀ ਕ੍ਰਿਕਟ ਦੇ ਵਿੱਚ ਕੀ ਕੀ ਸੁਧਾਰ ਆਉਣ ਸੁਧਾਰ ਜੀ ਸਭ ਤੋਂ ਪਹਿਲਾਂ ਤਾਂ ਜੀ ਓਵਰ ਹੁਣ ਘਟੋ ਘਟ ਪੰਜ ਤੋਂ 6 ਠੀਕ ਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਵੇਂ ਹੁਣ ਕੱਲ ਸਲੀਮ ਵੀਰਾ ਲਾਈਵ ਹੋਇਆ ਹੋਇਆ ਸੀ ਉਹਨੇ ਵੀ ਇਹੀ ਮੁੱਦਾ ਚੱਕਿਆ ਸੀ ਵੀ ਅਗਰ ਦੋ ਬਾਰੋਂ ਖੇਡਦੇ ਆ ਹੁਣ ਜੇ ਇੱਕ ਟੀਮ 'ਚ ਦੋਨੋਂ ਆਲਰਾਊਂਡਰ ਖੇਡਦੇ ਹੁਣ ਤੇ ਉਹ ਆਪਣਾ ਹੁਣ ਜਿਵੇਂ ਉਹ ਦੋਨਾਂ ਦੇ ਮਨ 'ਚ ਹੋਊਗਾ ਵੀ ਸੀਰੀਜ਼ 'ਚ ਜੋ ਅੱਗੇ ਤੱਕ ਟੀਮ ਜਾਂਦੀ ਹੈ ਦੋਨਾਂ ਦੇ ਮਨ 'ਚ ਹੋਊਗਾ ਵੀ ਸੀਰੀਜ਼ 'ਚ ਮੈਂ ਜਿੱਤਾਂ ਮੈਂ ਜਿੱਤਾਂ ਹਰ ਪਲੇਅਰ ਦੇ ਮਨ 'ਚ ਹੁੰਦਾ ਹਰ ਪਲੇਅਰ ਜਿੱਤਨ ਨੂੰ ਹੀ ਜਾਂਦਾ ਵਾ ਠੀਕ ਆ ਹੁਣ ਹੋਈ ਤੇ ਕਮੇਟੀਆਂ ਰੂਲ ਹੁੰਦਾ ਵੀ ਬਾਹਰਲਾ ਇੱਕੀ ਬੋਲ ਪਾਊਗਾ ਫਿਰ ਦੂਜੇ ਪਲੇਅਰ ਮਨ ਦੇ ਵਿੱਚ ਉਹ ਸੋਚੀ ਹੋਊਗਾ ਇਹ ਮੈਂ ਕਿਉਂ ਨਹੀਂ ਬੋਲ ਪਾ ਰਿਆ ਵਾਂ ਸਭ ਨੂੰ ਹੁੰਦਾ ਵੀ ਅਸੀਂ ਜਿੱਤੀਏ ਹੁਣ ਦੇਖੋ ਜੇ ਤਾਂ ਹੁਣ ਉਹ ਟੀਮ ਨੇ ਦੋ ਪਲੇਅਰ ਖਰੀਦ ਹੀ ਲਏ ਉਹ ਵੀ ਇੱਕ ਟੀਮ ਦਾ ਹਿੱਸਾ ਬਣ ਗਿਆ ਠੀਕ ਆ ਉਹ 11 ਦੀ ਟੀਮ ਪੂਰੀ ਉਹ 11 ਚੋਂ ਜਿਹਨੂੰ ਮਰਜ਼ੀ ਬੋਲ ਪਾਣਾ ਇਹ ਰੂਲ ਵੀ ਆਪਣੇ ਪੰਜਾਬ ਵਾਲਿਆਂ ਦੇ ਆ ਵੀ ਇੱਕ ਬੋਲ ਪਾਊਗਾ ਵੀ ਪਰ ਇਹ ਰੂਲ ਆਪਣੇ ਬੰਦਰ ਹੋਣੇ ਚਾਹੀਦੇ ਆ ਮੇਰੇ ਸਹਾਰ ਨਾਲ ਜੇ ਜੇ ਇੱਕ ਵਾਰ ਉਹ ਦੋ ਵਾਰ ਉਹ ਟੀਮ ਚ ਜਿਹੜਾ ਮਰਜੀ ਬੋਲ ਪਾਵੇ ਉਹ ਟੀਮ ਦਾ ਹਿੱਸਾ ਵਾ ਪਰ ਤੁੰਨਾ ਜੀ ਜਿਹੜਾ ਮੈਂ ਦੇਖਿਆ ਵੀ ਜ਼ਿਆਦਾਤਰ ਮੈਂ ਕਮੇਟੀਆਂ ਨੂੰ ਪੁੱਛਦਾ ਵੀ ਇਹ ਰੂਲ ਕਿਉਂ ਰੱਖਿਆ ਗਿਆ ਉਹ ਕਮੇਟੀਆਂ ਦਾ ਜਵਾਬ ਇਹ ਆਉਂਦਾ ਵੀ ਬਈ ਜੀ ਅਸੀਂ ਇਹ ਰੂਲ ਤਾਂ ਰੱਖਿਆ ਗਿਆ ਵੀ ਇੱਕ ਪਲੇਅਰ ਪਿੰਡ ਦਾ ਖੇਡੇ ਇੱਕ ਬਾਹਰ ਦਾ ਖੇਡੇ ਵੀ ਇੱਕ ਵੀ ਜਿਹੜੀ ਮੈਨ ਆਫ ਦਾ ਸੀਰੀਜ਼ ਆ ਉਹ ਪਿੰਡ ਵਾਲੇ ਵੀ ਉਹ ਸੀਰੀਜ਼ ਨੂੰ ਲੈ ਕੇ ਅੱਗੇ ਜਾਣ ਉਹ ਤਾਂ ਇਹ ਰੂਲ ਰੱਖਦੇ ਆ ਸੋ ਇਸ ਚੀਜ਼ ਬਾਰੇ ਕੀ ਕਹਿਣਾ ਤੁਹਾਡਾ ਰਾਜਾ ਜੀ ਦੇਖੋ ਆਪਾਂ ਜੇ ਪਿੰਡ ਹੁਣ ਆਪਾਂ ਗੱਲ ਕਰੀ ਸੀਰੀਜ਼ ਬਹੁਤ ਘੱਟ ਟੂਰਨਾਮੈਂਟ ਹੁੰਦੇ ਜਿੱਥੇ ਦੋ ਸੀਰੀਜ਼ਾਂ ਹੁੰਦੀਆਂ ਪਿੰਡ ਵਾਲੀ ਦੀ ਸੀਰੀਜ਼ ਹੁੰਦੀ ਆ ਉਹ ਬਹੁਤ ਘੱਟ ਜਗ੍ਹਾ ਤੇ ਹੁੰਦੀ ਨਹੀਂ ਤਾਂ ਅੱਜ ਕੱਲ ਇੱਕੋ ਹੀ ਸੀਰੀਜ਼ ਹੁੰਦੀ ਆ ਉਹ ਜ਼ਿਆਦਾ ਤੋਂ ਜ਼ਿਆਦਾ ਬਾਹਰਲਾ ਹੀ ਪਲੇਅਰ ਜਿੱਤਦਾ ਪਿੰਡਾਂ ਦਾ ਪਲੇਅਰ ਨਹੀਂ ਜਿੱਤਦਾ ਮੈਂ ਕਮੇਟੀ ਐਨ ਉਹੀ ਕਹਿਣਾ ਚਾਹੂੰਗਾ ਭਾਵੇਂ ਆਪਣਾ ਨਾਮ ਘਟਾ ਦਿਓ ਭਾਵੇਂ ਸੀਰੀਜ਼ ਘਟਾ ਕੇ ਉਹਨੂੰ ਦੋ ਜਗ੍ਹਾ ਵੰਡ ਦਿਆ ਕਰੋ ਇੱਕ ਪਿੰਡ ਵਾਲਾ ਵੀ ਸੀਰੀਜ਼ ਜਿੱਤ ਜਾਵੇ ਤੇ ਪਿੰਡ ਵਾਲਿਆਂ ਨੂੰ ਵੀ ਬੈਸਟ ਬੋਲਰ ਬੈਸਟ ਬੈਟਸਮੈਨ ਦੇਣ ਕਿਉਂਕਿ ਹੁਣ ਜਿੱਥੇ ਇੱਕ ਇੱਕ ਮੱਲਬ ਸੀਰੀਜ਼ ਹੁੰਦੀ ਹੈ ਚਾਹੇ ਬੈਸਟਾ ਚਾਹੇ ਸੀਰੀ ਉੱਥੇ ਤਾਂ ਬਾਹਰ ਜ਼ਿਆਦਾ ਚਾਂਸ ਬਾਹਰਲੇ ਦੇ ਹੀ ਆ ਕਿਉਂਕਿ ਬਾਹਰਲੇ ਨੇ ਬੈਟਿੰਗ ਕਰਨੀ ਬਾਹਰਲੇ ਨੇ ਹੀ ਬੋਲ ਪਾਣੀ ਸਿੱਧੀ ਜੀ ਗੱਲ ਮੈਂ ਤਾਂ ਇਹੀ ਕਹੂੰਗਾ ਵੀ ਹਰ ਟੂਰਨਾਮੈਂਟ ਤੇ ਦੋ ਹੀ ਸੀਰੀਜ਼ਾ ਹੋਣ ਇੱਕ ਪਿੰਡ ਵਾਲੇ ਨੂੰ ਇੱਕ ਬਾਹਰ ਵਾਲੇ ਨੂੰ ਤਾਂ ਪਿੰਡ ਵਾਲੇ ਵੀ ਖੁਸ਼ ਹੋਣ ਉਹਨਾਂ ਦਾ ਵੀ ਕੋਈ ਬੰਦਾ ਜਿੱਤੇ ਨਵੇਂ ਪਲੇਅਰ ਤਾਂ ਹੀ ਨਵੇਂ ਪਲੇਅਰ ਉੱਪਰ ਕੇ ਆਉਗੇ ਜੇ ਹੁਣ ਆਪਾਂ ਗੱਲ ਕਰ ਇੱਕੋ ਸੀਰੀ ਰੱਖ ਦਾਂਗੇ ਬਾਹਰਲੇ ਜਿੱਤੀ ਜਾਊਗੇ ਜਿੱਤੀਓਗੇ ਤਾਂ ਪਿੰਡ ਵਾਲੇ ਪਲੇਅਰ ਅੱਗੇ ਨਹੀਂ ਆਣੇ ਸੋ ਮੈਂ ਇਹੀ ਕਹੂੰਗਾ ਵੀ ਦੋ ਸੀਰੀਜ਼ ਹੁਣ ਜਿੱਥੇ ਵੀ ਟੂਰਨਾਮੈਂਟ ਕਰਾਉਣ ਭਾਵੇਂ ਨਾਮ ਘੱਟ ਰੱਖਣ ਪਰ ਸੀਰੀਜ਼ਾਂ ਦੋ ਹੀ ਹੋਣ ਜਿਸ ਤਰ੍ਹਾਂ ਬਾਈ ਨੇ ਦੱਸਿਆ ਵੀ ਇਹ ਰੂਲ ਹੋਣਾ ਚਾਹੀਦਾ ਇੱਕ ਪਿੰਡ ਜਾਂ ਬਾਹਰ ਇਹ ਤਾਂ ਜੀ ਹੁਣ ਆਪਣੇ ਕਮੇਟੀ ਜਿਹੜੀ ਕਮੇਟੀ ਟੂਰਨਾਮੈਂਟ ਕਰਾਉਂਦੀ ਉਹਨਾਂ ਦੇ ਆਪ ਦੇ ਰੂਲ ਆ ਇਹ ਪਰ ਮੇਰੇ ਹਿਸਾਬ ਨਾਲ ਇਹ ਰੂਲ ਨਹੀਂ ਹੋਣਾ ਜੇ ਬਾਹਰਲੇ ਦੋ ਪਲੇਅਰ ਖਿਲਾਇਆ ਤਾਂ ਦੋਨੋਂ ਓਪਨਿੰਗ ਜਾ ਸਕਦੇ ਕਿਉਂਕਿ ਅਗਲੇ ਨੇ ਉਹਨਾਂ ਨੂੰ ਖਰੀਦ ਲਿਆ ਉਸ ਟੂਰਨਾਮੈਂਟ ਵਾਸਤੇ ਉਹ ਵੀ ਟੀਮ ਦਾ ਹਿੱਸਾ ਨਹੀਂ ਉਹਨਾਂ ਨੇ ਵੀ ਉਹ ਟੀਮ ਜਿਤਾਨ ਲਈ ਖੇਡਣਾ ਵਾ ਵੀ ਉਹ ਟੀਮ ਜਿੱਤੇ ਬਾਕੀ ਜੀ ਇਹ ਹੁਣ ਆਪਣੀ ਆਪਣੇ ਟੂਰਨਾਮੈਂਟ ਕਮੇਟੀਆਂ ਦੀ ਆਪਦੀ ਉਹ ਆ ਜਿਨੇ ਕਿਵੇਂ ਰੱਖ ਮਤਲਬ ਕਿਵੇਂ ਕੋਰੋਨਾ ਕਿਹੜੇ ਰੂਲ ਰੱਖਨੇ ਆ ਬਟ ਇਹ ਰੂਲ ਬੰਦ ਹੋਣੇ ਚਾਹੀਦੇ ਜੇ ਦੋ ਬਾਹਰ ਹੋਆ ਤਾਂ ਦੋਨੋਂ ਓਪਨਰ ਆ ਸਕਦੇ ਦੋਨੋਂ ਬੋਲ ਵੀ ਪਾ ਸਕਣ ਇਹ ਰੂਲ ਹੋਣੇ ਚਾਹੀਦੇ ਆ ਇਸ ਤਰ੍ਹਾਂ ਬਾਈ ਨੇ ਆਪਣੇ ਦਿਲ ਦੀ ਗੱਲ ਦੱਸੀ ਹੈ ਬਾਕੀ ਟੂਰਨਾਮੈਂਟ ਕਮੇਟੀਆਂ ਕਰਵਾਉਂਦੀਆਂ ਉਹਨਾਂ ਦੇ ਕੀ ਕੀ ਰੂਲਸ ਹੁੰਦੇ ਆ ਉਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਉਹ ਰੂਲਸ ਰੱਖਦੇ ਆ ਇਹਨਾਂ ਖਿਡਾਰੀਆਂ ਨੂੰ ਕੀ ਉਹ ਪ੍ਰੈਫਰ ਪੈਲ ਦੰਦੇ ਐ ਸੋ ਜਿਸ ਤਰ੍ਹਾਂ ਤੁੰਨਾ ਲੁਧਿਆਣਾ ਜੀ ক্রিকেট ਦੇ ਵਿੱਚ ਸੁਧਾਰ ਹੋਰ ਕੀ ਕੀ ਚਾਹੁੰਦੇ ਆ ਪਰਮਾਤਮਾ ਨੂੰ ਜੋ ਮਨਜ਼ੂਰ ਉਹਨਾਂ ਨੇ ਫਿਰ ਤੁਹਾਨੂੰ ਪਤਾ ਹੀ ਹੈ ਹੋਰ ਕੀ ਕੀ ਚਾਹੁੰਦੇ ਆ ਹੋਰ ਜੀ ਮੈਂ ਤਾਂ ਇਹੀ ਕਹੂੰਗਾ ਵੀ ਸੈਟਿੰਗਾਂ ਨਾ ਪਾਉਣ ਸਾਰੇ ਅੱਜ ਕੱਲ ਸੈਟਿੰਗਾਂ ਪਾ ਕੇ ਖੇਡਦੇ ਨੇ ਉਹਨਾਂ ਚਾਹੇ ਗੱਲ ਕਰੀਏ ਉਹਨਾਂ ਬਸ ਜੇ ਪਗੈਰੀਓ ক্রিকেট ਦੇ ਅੱਜ ਕੱਲ ਕੋਸ ਕੋਚ ਸੈਟਿੰਗ ਬਹੁਤ ਪੈਂਦੀ ਆ ਵੀ ਪਲੇਅਰਾਂ ਨੂੰ ਮੈਂ ਇਹੀ ਕਹਿਣਾ ਵੀ ਆਪਣਾ ਸਾਫ਼ ਸੁਥਰੀ ক্রিকেট ਖੇਡੋ ਠੀਕ ਆ ਬਾਕੀ ਮਿਹਨਤ ਕਰੋ ਤਾਂ ਵਧੀਆ ਖੇਡੀਏ ਇਸ ਤਰ੍ਹਾਂ ਬਾਈ ਨੇ ਦੱਸਿਆ ਅੱਛਾ ਜੀ ਹੁਣ ਆਪਾਂ ਤੁੰਨਾ ਜੀ ਆਪਾਂ ਥੋੜੇ ਕੁਐਸਚਨ ਹੋਰ ਵੀ ਕਰਦੇ ਆਂ ਵੀ ਕਾਂਸਕੋ ক্রিকেট ਦਾ ਬੈਸਟ ਬੱਲੇਬਾਜ਼ ਤੁੰਨਾ ਲੁਧਿਆਣਾ ਜੀ ਨੂੰ ਕਿਹੜਾ ਲੱਗਦਾ ਮੇਰੇ ਜੀ 2-3 ਫੇਵਰਿਟ ਬੈਟਸਮੈਨ ਨੇ ਸਭ ਤੋਂ ਪਹਿਲਾਂ ਦਾ ਜੀ ਆਪਣਾ ਹਰਮਨ ਭੁੱਲਰ ਉਹ ਵੱਡਾ ਆਪਣਾ ਹੁਣ ਚਾਹੇ ਉਹਨੂੰ ਮੈਂ ਥੋੜੇ ਟਾਈਮ ਤੋਂ ਮਿਲਿਆ ਪਰ ਉਹ ਐਨ ਬੀ ਸਕੇ ਭਰਾਵਾਂ ਨਾਲੋਂ ਵੱਧ ਪਿਆਰ ਮਤਲਬ ਉਹ ਉਸ ਨਾਲ ਪੈ ਗਿਆ ਆਪਣਾ ਤੇ ਇੱਕ ਦੂਜਾ ਆਪਾਂ ਗੱਲ ਕਰੀਏ ਮੈਨੂੰ ਲੱਗਦਾ ਵਾ ਤਲਵਿੰਦਰ ਬਰਾੜ ਤੇ ਤੀਸਰਾ ਮੈਨੂੰ ਵਧੀਆ ਲੱਗਦਾ ਡਾਕਟਰ ਬਠਿੰਡਾ ਇਹ ਮੇਰੇ ਤਿੰਨੋਂ ਫੇਵਰੇਟ ਬੈਟਸਮੈਨ ਨੇ ਪੰਜਾਬ ਦੇ ਜੀ ਜਿਸ ਤਰ੍ਹਾਂ ਬਾਈ ਨੇ ਆਪਣੇ ਬੈਟਸਮੈਨਾਂ ਦੇ ਇਸ ਵੀਰ ਦੇ ਦਿਲ ਨੂੰ ਵਧੀਆ ਲੱਗਦੇ ਆ ਕਿਸੇ ਨੂੰ ਕੋਈ ਕਿਸੇ ਨੂੰ ਅਸੀਂ ਟਾਰਗੇਟ ਨਹੀਂ ਕਰਦੇ ਜਸਟ ਇੱਕ ਕੁਐਸਚਨ ਹੈ ਹਰ ਇੱਕ ਪਲੇਅਰ ਨੂੰ ਕੀਤਾ ਜਾਂਦਾ ਹੈ ਸੋ ਜੇ ਆਪਾਂ ਕਰੀਏ ਗੱਲ ਬੈਸਟ ਬੋਲਰ ਦੀ ਤਾਂ ਨਾ ਲੁਧਿਆਣੇ ਦੇ ਦਿਲ ਨੂੰ ਕਿਹੜੇ ਕਿਹੜੇ ਉਹ ਬੋਲਰ ਆ ਜਿਹੜੇ ਵਧੀਆ ਲੱਗਦੇ ਆ ਪੰਜਾਬ ਦਾ ਜੀ ਮੇਰਾ ਇੱਕੋ ਹੀ ਬੋਲਰ ਆ ਜਿਹੜਾ ਮੈਨੂੰ ਪੰਜਾਬ ਦਾ ਵਧੀਆ ਲੱਗਦਾ ਉਹ ਹੈ ਜੀ ਆਸ਼ੂ ਕੋਠੇ ਪੁੰਨੇ ਉਸ ਤੋਂ ਤਕੜਾ ਬੋਲਰ ਹੈ ਪੰਜਾਬ ਦੇ ਵੀ ਬੋਲਰ ਬਹੁਤ ਨੇ ਬਟ ਆਸ਼ੂ ਸਾਨੂੰ ਜਿਵੇਂ ਆਪਾਂ ਕਹਿ ਦੀ ਆਸ਼ੂ ਦਾ ਫਿਰ ਆਸ਼ੂ ਹੀ ਆ ਆਸ਼ੂ ਕੋਠੇ ਪੁੰਨੇ ਮੈਨੂੰ ਬਹੁਤ ਵਧੀਆ ਬੋਲਰ ਲੱਗਦਾ ਜੀ ਜੀ ਉਹਨਾਂ ਦੇ ਉਹ ਐਕਸ਼ਨ ਦੀ ਗੱਲ ਕਰੀਏ ਉਹਨਾਂ ਦਾ ਜੀ ਮਤਲਬ ਬਹੁਤ ਪਲੇਅਰਾਂ ਨੇ ਐਕਸ਼ਨ ਮੈਂ ਵੀ ਬੋਲ ਪੰਦਾ ਕੋਈ ਵੀ ਬੋਲ ਪੰਦਾ ਪਰ ਜੇ ਅੰਮਾ ਗੇਲੇ ਇੱਕ ਪ੍ਰੋਪਰ ਬੋਲਰ ਦਾ ਜਿਹੜਾ ਐਕਸ਼ਨ ਉਹ ਆਸ਼ੂ ਕੋਠੇ ਪੁੰਨੇ ਦਾ ਵਾ ਵੀ ਪ੍ਰੋਪਰ ਰਨ ਅਪ ਤੋਂ ਬੋਲ ਪਾਉਂਦੇ ਨੇ ਮਤਲਬ ਬਹੁਤ ਵਧੀਆ ਲੱਗਦੀ ਜਦੋਂ ਬੋਲ ਪਾਉਂਦੇ ਨੇ ਨਾ ਆਪਾਂ ਨੂੰ ਬਹੁਤ ਵਧੀਆ ਲੱਗਦਾ ਜੀ ਬਿਲਕੁਲ ਜਿਸ ਤਰ੍ਹਾਂ ਬਾਈ ਨੇ ਦੱਸਿਆ ਬੱਲੇਬਾਜ਼ ਵੀ ਦੱਸਤੇ ਬੋਲਰ ਵੀ ਦੱਸਤੇ ਹੁਣ ਆਪਾਂ ਇੱਕ ਕੁਐਸਚਨ ਹੋਰ ਕਰਦੇ ਹਾਂ ਤੁੰਨਾ ਜੀ ਕਿਹੜਾ ਟੂਰਨਾਮੈਂਟ ਹੈ ਜਿਹੜਾ ਸਭ ਤੋਂ ਵਧੀਆ ਲੱਗਦਾ ਹੈ ਰੂਲ ਐਂਡ ਰੈਗੂਲੇਸ਼ਨ ਨੂੰ ਦੇਖੀਏ ਹਰ ਇੱਕ ਚੀਜ਼ ਨੂੰ ਦੇਖੀਏ ਪ੍ਰਬੰਧ ਦੇਖੀਏ ਤੇ ਕਿਹੜਾ ਉਹ ਕੱਪ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਵੀ ਉਹ ਮੈਨੂੰ ਵਧੀਆ ਲੱਗਦਾ ਪਹਿਲੀ ਗੱਲ ਤਾਂ ਰਾਜੇ ਰਾਜਾ ਜੀ ਮੈਂ ਇਹੀ ਕਹੂੰਗਾ ਚਾਹੇ ਤੁਸੀਂ ਨਾਮ 21000 ਰੱਖ ਦੋ ਚਾਹੇ 51 ਰੱਖ ਦੋ ਚਾਹੇ ਲੱਖ ਰੱਖ ਦੋ ਮੈਂ ਪਹਿਲੀ ਗੱਲ ਤਾਂ ਕਮੇਟੀਆਂ ਨੂੰ ਇਹੀ ਕਹੂੰਗਾ ਵੀ ਪਲੇਅਰਾਂ ਵਾਸਤੇ ਪਾਣੀ ਤੇ ਲੰਗਰ ਦਾ ਵਧੀਆ ਇੰਤਜ਼ਾਮ ਹੋਵੇ ਟੂਰਨਾਮੈਂਟ ਤੁਹਾਡਾ ਵਧੀਆ ਉਹਦੇ ਨਾਲ ਬਣੂਗਾ ਐ ਨਹੀਂ ਵੀ ਤੁਸੀਂ ਵੀ ਲੱਖ ਨਾਮ ਰੱਖਦਾ ਉੱਥੇ ਖਾਨ ਨੂੰ ਕੁਝ ਪਲੇਅਰ ਭੁੱਖੇ ਰਹਿਣ ਪਾਣੀ ਪੀਣ ਨੂੰ ਨਾ ਹੋਵੇ ਸਭ ਤੋਂ ਪਹਿਲੀ ਗੱਲ ਤਾਂ ਵੀ ਆਪਣਾ ਪਲੇਅਰਾਂ ਦਾ ਮਤਲਬ ਰਿਫਰੈਸ਼ਮੈਂਟ ਬਾਰੇ ਸੋਚਣ ਵੀ ਪਲੇਅਰ ਆਪਣੇ ਭੁੱਖੇ ਨਾ ਰਹਿਣ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਪ੍ਰਾਈਜ਼ ਜੀ ਪ੍ਰਾਈਜ਼ ਬਹੁਤ ਮਤਲਬ ਆਪਾਂ ਕਹਿ ਦਈਏ ਬਹੁਤ ਟੂਰਨਾਮੈਂਟ ਅੱਜ ਕੱਲ ਦੇ ਟਾਈਮ 'ਚ ਵੱਡੇ ਵੱਡੇ ਪ੍ਰਾਈਜ਼ ਹੋਣ ਲੱਪੇ ਨੇ ਤੇ ਜੇ ਹੁਣ ਮੈਂ ਪਿੱਛੇ ਜੀ ਉਹ ਟੂਰਨਾਮੈਂਟ ਮੈਂ ਜਿੱਤੇ ਆ ਸੰਗੋਵਾਲ ਦਾ ਓਪਨ ਹੈ ਹਰਮਨ ਵੀਰੇ ਉਹਨਾਂ ਨੇ ਕਰਾਇਆ ਸੰਗੋਵਾਲ ਦਾ ਟੂਰਨਾਮੈਂਟ ਉਹਨਾਂ ਦਾ ਮਤਲਬ ਜਿਹੜਾ ਮੈਨੂੰ ਅਰੇਂਜਮੈਂਟ ਜੀ ਅੱਜ ਤੱਕ ਸਭ ਤੋਂ ਵਧੀਆ ਉਹਨਾਂ ਦਾ ਅਰੇਂਜਮੈਂਟ ਲੱਗਾ ਮੈਨੂੰ ਸੰਗੋਵਾਲ ਵਾਲਿਆਂ ਦਾ ਜੀ ਹੋਰ ਵੀ ਬਹੁਤ ਕੱਪ ਖੇਡੇ ਵਧੀਆ ਹੁੰਦੇ ਪਰ ਮੈਂ ਸਭ ਤੋਂ ਵੈਸਟ ਮੈਨੂੰ ਅੱਜ ਤੱਕ ਉਹਨਾਂ ਦਾ ਅਰੇਂਜਮੈਂਟ ਲੱਗਾ ਸੰਗੋਵਾਲ ਵਾਲਿਆਂ ਨੇ ਪਲੇ ਹਰ ਪਲੇਕ ਪਲੇਅਰ ਤੇ ਉਹਨਾਂ ਨੇ ਪੈਸੇ ਵੀ ਲਾਏ ਤੇ ਜਿਹੜਾ ਲੰਗਰ ਦਾ ਅਰੇਂਜਮੈਂਟ ਸੀ ਉਹ ਤਾਂ ਕਿਆ ਹੀ ਬਾਤਾਂ ਨੇ ਸੀ ਬਹੁਤ ਵਧੀਆ ਕੱਪ ਕਰਾਇਆ ਉਹਨਾਂ ਨੇ ਸੰਗੋਵਾਲ ਵਾਲਿਆਂ ਨੇ ਜੀ ਬਿਲਕੁਲ ਜਿਸ ਤਰ੍ਹਾਂ ਬਾਈ ਨੇ ਦੱਸਿਆ ਵੀ ਸੰਗੋਵਾਲ ਦਾ ਕੱਪ ਬਹੁਤ ਵਧੀਆ ਕ੍ਰਿਕਟ ਦੇਖਣ ਨੂੰ ਮਿਲਦੀ ਹੈ ਸੋ ਉਸ ਕੱਪ ਦੀ ਗੱਲ ਕਰੀਏ ਉਸ ਕੱਪ ਤੇ ਬਹੁਤ ਜ਼ਿਆਦਾ ਪਲੇਅਰਾਂ ਤੇ ਪੈਸੇ ਵੀ ਲਾਈ ਜਾਂਦੇ ਆ ਰੂਲ ਐਂਡ ਰੈਗੂਲੇਸ਼ਨ ਵੀ ਬਹੁਤ ਵਧੀਆ ਹੁੰਦੇ ਆ ਸੋ ਰੂਲ ਐਂਡ ਰੈਗੂਲੇਸ਼ਨ ਹੋਣੇ ਜ਼ਰੂਰੀ ਆ ਕਿ 5 ਲੱਖ ਨਾਮ ਹੋਣਾ ਜ਼ਰੂਰੀ ਆ ਵੀ ਤਾਂ ਟੂਰਨਾਮੈਂਟ ਵਧੀਆ ਹੋ ਸਕਦਾ ਹੈ ਪਾਜੀ ਰੂਲ ਐਂਡ ਰੈਗੂਲੇਸ਼ਨ ਹੋਣੇ ਜ਼ਰੂਰੀ ਐ ਨਾਮ ਚਾਹੇ ਤੁਸੀਂ 21000 ਵੀ ਰੱਖ ਕੇ ਕਰਾ ਦਿਓ ਉਹ ਵੀ ਕੁਝ ਪਰ ਜਿਹੜੇ ਰੂਲ ਵਧੀਆ ਹੋਣਗੇ ਨਾ ਲੋਕ ਆਪ ਆਉਗੇ ਹਾਂ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਹੁਣ ਜਿੱਥੇ ਰੂਲ ਨਹੀਂ ਵਧੀਆ ਤੁਸੀਂ ਨਾਮ ਲੱਖ ਰੱਖਿਆ ਹੋਵੇ ਠੀਕ ਆ ਰੂਲ ਵਧੀਆ ਨਾ ਹੋਣ ਉਹ ਕੱਪ ਦੀ ਤੁਹਾਡੀ ਵਾਹਵਾਹੀ ਨਹੀਂ ਹੋਣੀ ਲੋਕਾਂ ਨੇ ਉਹ ਤਾਂ ਉਹ ਕੱਪ ਨੂੰ ਨਿੰਦਣਾ ਹੀ ਆ ਵੀ ਆਹ ਕੱਪ ਇੱਥੇ ਕੋਈ ਰੂਲ ਸੀਗਾ ਕੋਈ ਲੋਕ ਉਹਦੇ ਬਾਰੇ ਮਾੜਾ ਹੀ ਬੋਲੂਗੇ ਜਦੋਂ ਘੱਟ ਬਾਲਾਂ ਦੇ ਮੈਚ ਹੁੰਦੇ ਆ ਉਹ ਖੇਡਦੇ ਆ ਉਦੋਂ ਕਿਵੇਂ ਦਾ ਫੀਲ ਆਂਦਾ ਐ ਉਦੋਂ ਫਿਰ ਇਹੀ ਉਦੋਂ ਦੇਖੋ ਜੀ ਘੱਟਵਾਲਾਲੇ ਮੈਂ ਤਾਂ ਤੁਹਾਨੂੰ ਪਤਾ ਹੀ ਆ ਵੀ ਮੁੰਜੇ ਹੁਣ ਫੇਰ ਹੀ ਮਨ ਚ ਸੋਚਦੇ ਆ ਵੀ ਜੇ ਅਗਰ ਟੀਮ ਨੇ ਬੁਲਾਇਆ ਵਾ ਫੇਰ ਖੇਡਣਾ ਮਜਬੂਰੀ ਪੈਣਾ ਹੀ ਆ ਠੀਕ ਆ ਜੀ ਪਰ ਮੈਂ ਉਹੀ ਕਹੂੰਗਾ ਵੀ ਵੱਧ ਤੋਂ ਵੱਧ ਓਵਰ ਦੇਣ ਤਾਂ ਕਿ ਸਭ ਨੂੰ ਮੌਕਾ ਮਿਲਣ ਪਿੰਡ ਵਾਲਿਆਂ ਨੂੰ ਵੀ ਬਰਾਬਰ ਮੌਕਾ ਮਿਲਣ ਬਾਹਰ ਦੇ ਪਲੇਅਰ ਦੇ ਨਾਲ ਬਾਕੀ ਮੈਂ ਇਹੀ ਕਮੇਟੀਆਂ ਨੂੰ ਕਹੂੰਗਾ ਵੀ ਆਪਣੇ ਰੂਲਸ ਵਧੀਆ ਰੱਖੋ ਭਾਵੇਂ ਪ੍ਰਾਈਜ਼ ਤੁਸੀਂ ਘੱਟ ਰੱਖ ਲਓ ਪਰ ਜਿਹੜੇ ਰੂਲ ਹੋਣ ਨਾ ਉਹ ਇੱਕਦਮ ਪਰਫੈਕਟ ਹੋਣ ਜੀ ਬਿਲਕੁਲ ਜਿਸ ਤਰ੍ਹਾਂ ਦੇਖਿਆ ਜਾਵੇ ਵੀ ਜਦੋਂ ਟੂਰਨਾਮੈਂਟ ਹੁੰਦੇ ਆ ਜਦੋਂ ਘੱਟਬਾਲ ਨਾਲ ਦੇ ਮੈਚ ਹੁੰਦੇ ਆ ਇੱਕ ਟੀਮ ਨੇ ਤੁਹਾਨੂੰ ਦੋ ਪਲੇਅਰ ਸੱਦੇ ਦੋ ਪਲੇਅਰਾਂ ਦਾ ਉਹਨਾਂ ਨੂੰ ਖਰਚਾ ਪੈ ਰਿਹਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਐਂਟਰੀ ਫੀਸ ਵੀ ਪੇ ਕਰ ਦਿੱਤੀ ਟੂਰਨਾਮੈਂਟ ਦੀ ਤੇ ਉਸ ਤੋਂ ਬਾਅਦ ਘੱਟਬਾਲਾਂ ਦੇ ਜਦੋਂ ਮੈਚ ਹੁੰਦੇ ਆ ਤੇ ਉਦੋਂ ਬਾਹਰਲੇ ਖਿਡਾਰੀ ਖੇਡ ਜਾਂਦੇ ਆ ਪਿੰਡ ਵਾਲਿਆਂ ਨੂੰ ਫੇਰ ਨਹੀਂ ਮੌਕਾ ਮਿਲਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਏ ਤਾਂ ਜੀ ਹੁਣ ਦੇਖੋ ਜੇ ਕੱਟ ਬੋਲਾਂ ਜੇ ਉਹਨਾਂ ਨੇ ਸਾਨੂੰ ਬੁਲਾਇਆ ਹੁਣ ਪਲੇਅਰ ਨੇ ਖੇਡਣ ਜਾਣਾ ਹੀ ਆ ਚਾਹੇ ਉਹਨਾਂ ਨੂੰ ਇੱਕ ਓਵਰ ਮਿਲਣ ਚਾਹੇ ਦੋ ਓਵਰ ਮਿਲਣ ਇਹ ਤਾਂ ਜੀ ਹੁਣ ਵਿੱਚ ਫੇ ਕਮੇਟੀਆਂ ਦਾ ਕਸੂਰ ਆ ਵੀ ਕਮੇਟੀ ਵਾਲੇ ਵੀ ਓਵਰ ਕੱਟ ਕਰਾਂਦੇ ਆ ਜਾਂ ਤਾਂ ਪੂਲ ਹੀ ਉਹਨੀਆਂ ਕ ਟੀਮਾਂ ਦਾ ਰੱਖੋ ਵੀ ਤੁਹਾਨੂੰ ਪਤਾ ਜੇ ਆਪਣੇ ਜਿਹੜਾ ਵੀ ਆਪਣਾ ਸੀਜ਼ਨ ਚੱਲਦਾ ਉਸ ਦਿਨ ਛੋਟੇ ਵੱਡੇ ਉਸ ਹਿਸਾਬ ਨਾਲ ਟੀਮਾਂ ਐਂਟਰ ਕਰਨ ਕੱਟ ਟੀਮਾਂ ਦਾ ਪੂਲ ਬਣਾ ਕੇ ਵਧੀਆ 6 6 8 8 ਓਵਰਾਂ ਦੇ ਪੂਲ ਬਣਾ ਦੇਣ ਜਿੱਥੇ 4 ਦਿਨ ਦਾ ਟੂਰਨਾਮੈਂਟ ਕਰਨਾ ਉੱਥੇ 6 ਦਿਨ ਦਾ ਕਰਾ ਲਨ ਉਹ ਤੁਹਾਡੀ ਵਾਹ ਉਹਦੇ ਵਿੱਚ ਤੁਹਾਡੀ ਵਾਹ ਵਾਹੀ ਹੋਊਗੀ ਤੇ ਤੁਸੀਂ 4 ਮੁੰਜੇ ਤੁਸੀਂ ਕਹਿ ਦੋ ਟੂਰਨਾਮੈਂਟ 3 ਦਿਨ ਦਾ ਟੀਮਾਂ ਤੁਸੀਂ 48 64 ਐਂਟਰ ਕਰ ਲਓ ਉਹ ਤਾਂ ਫੇਰ 2 3 3 4 4 ਓਵਰ ਵਾਲੇ ਮੈਚ ਹੋਗੇ ਫੇ ਪਿੰਡ ਵਾਲੇ ਆਪ ਹੀ ਨਰਾਸ਼ ਹੋਊਗੇ ਉਹਨਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲੂਗਾ ਜੀ ਜਿਸ ਤਰ੍ਹਾਂ ਇੱਕ ਟੀਮ ਦਾ ਖਰਚਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਤੇ ਜਿਸ ਤਰ੍ਹਾਂ ਬਾਈ ਨੇ ਕਮੇਟੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਕਮੇਟੀਆਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਆਪਣੇ ਵਧੀਆ ਓਵਰ ਦੇਣ ਪਲੇਅਰਾਂ ਦੀ ਮਤਲਬ ਰਿਫਰੈਸ਼ ਮਤਲਬ ਖਾਣ ਪੀਣ ਵਾਰੇ ਵਧੀਆ ਨਾਮ ਭਾਵੇਂ ਘੱਟ ਰੱਖੇ ਨਾਮ ਨਹੀਂ ਮੈਟਰ ਕਰਦਾ ਤੁਹਾਡੇ ਰੂਲ ਰੈਗੂਲੇਸ਼ਨ ਮੈਟਰ ਕਰਦੇ ਨੇ ਟੂਰਨਾਮੈਂਟ ਦੇ ਵੀ ਉਹ ਰੂਲ ਵਧੀਆ ਹੋਊਗੇ ਤਾਂ ਲੋਕ ਆਪ ਖੁਦ ਕਹੋਗੇ ਵੀ ਉਹਨਾਂ ਨੇ ਰੂਲ ਰੱਖੇ ਸੀ ਹੁਣ ਜਿਵੇਂ ਆਪਾਂ ਰੂਲ ਦੀ ਗੱਲ ਕਰੀਏ ਭਾਈ ਥੋ ਮੈਂ ਹੀਰਾ ਦਾ ਕੱਪ ਖੇਡਿਆ ਨਹੀਂ ਪਰ ਅੱਜ ਤੱਕ ਉਹਦੇ ਬਾਰੇ ਵੀ ਮੇਰੀ ਬਹੁਤ ਇੱਛਾ ਹੈ ਵੀ ਐਤ ਕੀ ਫੇਰ ਦੁਬਾਰਾ ਕੱਪ ਹੋਣ ਮੈਂ ਉਹ ਕੱਪ ਖੇਡਾਂ ਮੈਂ ਕੱਪ ਮਤਲਬ ਦੇਖਿਆ ਨਹੀਂ ਮੈਂ ਸੁਣਿਆ ਬਹੁਤ ਆ ਜਿਵੇਂ ਹੁਣ ਤੁਹਾਡੇ ਆਪਾਂ ਜਿਵੇਂ ਆਪਾਂ ਗੱਲ ਕਰੀਏ ਤੁਸੀਂ ਟਾਈਮ ਦੀ ਸਭ ਕੁਝ ਤੁਹਾਡੇ ਮਤਲਬ ਪ੍ਰੋਪਰ ਸੀਗਾ ਟੂਰਨਾਮੈਂਟ ਹੁਣ ਤੁਸੀਂ ਵੀ ਕਰਾਇਆ ਵਾ ਹੁਣ ਅੱਜ ਕੱਲ ਵੀ ਹੋ ਰਿਹਾ ਬਹੁਤ ਫਰਕ ਆ ਮੈਂ ਇਹ ਕਹਿਣਾ ਜੇ ਵਧੀਆ ਤੁਸੀਂ ਆਪਣਾ ਤੁਸੀਂ ਚਾਹਦੇ ਸਾਡੇ ਪਿੰਡ ਦਾ ਨਾਮ ਹੋਵੇ ਟੂਰਨਾਮੈਂਟ ਕਰਾ ਰਹੇ ਹੋ ਵਧੀਆ ਚਾਹੇ ਕਿਸੇ ਵੱਲ ਦੇ ਕੇ ਨਾਮ ਘਟ ਰੇ ਇਹ ਨਹੀਂ ਵੀ ਮੈਂ ਕਹਿੰਦਾ ਨਾਮ ਤੁਸੀਂ ਲੱਖ ਰੱਖ ਦੋ ਨਾਮ ਚਾਹੇ ਘਟ ਵੀ ਰੱਖ ਦੋ ਪਰ ਆਪਣੇ ਰੂਲ ਵਧੀਆ ਰੱਖੋ ਜਿਸ ਤਰ੍ਹਾਂ ਹੱਤੋਂ ਲੁਧਿਆਣਾ ਜੀ ਗਲਤ ਕਮੈਂਟ ਆਉਂਦੇ ਆ ਜਦੋਂ ਉਦੋਂ ਮਨ ਨੂੰ ਕਿੰਨੀ ਠੇਸ ਪਹੁੰਚਦੀ ਹੈ ਤੇ ਇਸ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਉਦੋਂ ਮਨ ਨੂੰ ਬਹੁਤ ਦੁੱਖ ਹੁੰਦਾ ਵਾ ਵੀ ਹੁਣ ਕਈ ਵਾਰ ਘਰ ਦੇ ਮੈਚ ਦੇਖਨੇ ਬ੍ਰਦਰ ਸਿਸਟਰ ਮੈਚ ਦੇਖਦੇ ਹੋਵੇ ਉਹ ਜਦੋਂ ਕਮੈਂਟ ਪੜ੍ਹਦੇ ਨੇ ਵੀ ਗੁੱਸਾ ਲੱਗਦਾ ਵੀ ਉਹ ਫਿਰ ਮਨ ਖਰਾਬ ਹੁੰਦਾ ਵੀ ਇਹ ਚੀਜ਼ ਦੇਖ ਕੇ ਮੈਂ ਉਹਨਾਂ ਨੂੰ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਅਸੀਂ ਜਿਨ੍ਹਾਂ ਨੂੰ ਨਹੀਂ ਚੰਗੇ ਲੱਗਦੇ ਉਹ ਸਾਡਾ ਮੈਚ ਨਾ ਦੇਖਣ ਜੇ ਸਾਡੇ ਬਾਰੇ ਮਤਲਬ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਾ ਕਹੋ ਠੀਕ ਆ ਜੀ ਕਿਉਂਕਿ ਉਹਨ ਮੈਂ ਇਹੀ ਗੱਲ ਜੇ ਉਹ ਉਹਨਾਂ ਦਾ ਮੈਚ ਚੱਲਦਾ ਹੋਵੇ ਉਹਨਾਂ ਦੇ ਘਰ ਦੇ ਮਤਲਬ ਦੇਖਣ ਕੋਈ ਗਾ ਕੇ ਤੀਜਾ ਮੈਂ ਤਾਂ ਗਾਲ ਕੱਢਦੇ ਉਹ ਉਹਨਾਂ ਨੂੰ ਕਿ ਉਸ ਟਾਈਮ ਉਹਨਾਂ ਨੂੰ ਕਿਵੇਂ ਲੱਗੂਗਾ ਮਤਲਬ ਮੈਂ ਇਹੀ ਕਹੂੰਗਾ ਵੀ ਉਹ ਇੱਕ ਵਾਰ ਸੋਚ ਲਿਆ ਕਰੋ ਵੀ ਕੀ ਲਿਖ ਰਿਹਾ ਵਾਂ ਕਮੈਂਟ ਵਿੱਚ ਕਿਉਂਕਿ ਕਿਸੇ ਦੇ ਘਰ ਦੇ ਮੈਚ ਮੂਹ ਚ ਦੇਖਦੇ ਹੁੰਦੇ ਆ ਸੋ ਮੈਂ ਇਹੀ ਕਹੂੰਗਾ ਅਗਰ ਜਿਨ੍ਹਾਂ ਨੇ ਸਾਨੂੰ ਚੰਗਾ ਨਹੀਂ ਕਹਿਣਾ ਤਾਂ ਸਾਨੂੰ ਮਾੜਾ ਵੀ ਨਾ ਕਹਿਣ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਨੇ ਜੀ ਇਹ ਨੇ ਜੀ ਤੁੰਣਾ ਲੁਧਿਆਣਾ ਸੋ ਬਾਈ ਦੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਸੋ ਬਹੁਤ ਸਾਰੀਆਂ ਗੱਲਾਂ ਦਸੀਆਂ ਕਿਸ ਤਰ੍ਹਾਂ ਦੇ ਰੂਲ ਔਰ ਰੈਗੂਲੇਸ਼ਨ ਹੋਣੇ ਚਾਹੀਦੇ ਹਰ ਇੱਕ ਟੂਰਨਾਮੈਂਟ ਦੇ ਵਿੱਚ ਔਰ ਕਿਸ ਤਰ੍ਹਾਂ ਟੀਮਾਂ ਨੂੰ ਵੀ ਇੱਕ ਸਨੇਹਾ ਦੱਤਾ ਵੀ ਜ਼ਿਆਦਾਤਰ ਜਿਹੜੀਆਂ ਟੀਮਾਂ ਖੇਡਦੀਆਂ ਉਹ ਲੋਕਲ ਪਲੇਅਰਾਂ ਨੂੰ ਮੌਕਾ ਦਿਆ ਕਰਨ ਸੋ ਜਿਸ ਤਰ੍ਹਾਂ ਬਾਈ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੁਸੀਂ ਸਾਰੇ ਇੰਟਰਵਿਊ ਦੇ ਵਿੱਚ ਦੇਖ ਲਿਆ ਹੋਣਾ ਔਰ ਇਸੇ ਤਰ੍ਹਾਂ ਤੁਸੀਂ ਇਸ ਚੈਨਲ ਦੇ ਜ਼ਰੀਏ ਜੁੜੇ ਰਹੋ ਔਰ ਬਾਈ ਜੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਦਿਆ ਕਰੋ ਇੱਕ ਪਲੇਅਰ ਨੂੰ ਹੱਲਾਸ਼ੇਰੀ ਵੀ ਦਿਆ ਕਰੋ ਔਰ ਇੱਕ ਦੱਸਿਆ ਕਰੋ ਵੀ ਅਸੀਂ ਅਗਲੀ ਗੱਲਬਾਤ ਕਿਹੜੇ ਖਿਡਾਰੀ ਨੂੰ ਤੁਹਾਡੇ ਰੂਬਰੂ ਲੈ ਕੇ ਆਈਏ ਸੋ ਸਾਰੇ ਹੀ ਵੀਰਾਂ ਦਾ ਮੈਂ ਦੇਖ ਰੇ ਤਮਾਮ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੋ ਜਾਂਦੇ ਜਾਂਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਬਟਨ ਤੇ ਕਲਿੱਕ ਕਰਿਓ ਔਰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਸੋ ਇਸੇ ਤਰ੍ਹਾਂ ਰਾਜਾ ਹੀਰਾ ਦੇ ਚੈਨਲ ਦੇ ਜ਼ਰੀਏ ਜੁੜੇ ਰਹੇ ਸਾਰੇ ਹੀ ਮੈਂ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ